ਸਾਚਰੀય ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਗਏ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜੀ ਪ੍ਰੋਫੈਸਰ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਪੰਜਾਬੀ মিডিਆ ਦੀ ਭੂਮਿਕਾ ਦੇ ਉੱਤੇ ਹੋ ਰਹੀ ਹੈ ਨੈਸ਼ਨਲ মিডিਆ ਨੂੰ ਤਾਂ ਕਹਿ ਦਿੱਤਾ ਜਾਂਦਾ ਉਹ ਜੋ মিডিਆ ਜਿਹੜਾ ਸਰਕਾਰ ਦੀ ਬੋਲੀ ਬੋਲਦਾ ਉਹਨੂੰ ਕਹਿ ਦਿੱਤਾ ਜਾਂਦਾ ਕਿ ਗੋਦੀ মিডিਆ ਆ ਤੇ ਇਹੋ ਜਿਹੀ ਕੁਝ ਸ਼ਬਦ ਜਿਹੜੇ ਨੇ ਉਹ ਪੰਜਾਬੀ ਮੀਡੀਆ ਦੇ ਉੱਤੇ ਵੀ ਢੁੱਪ ਦੇ ਨਜ਼ਰ ਆਉਂਦੇ ਨੇ ਜਦੋਂ ਕਿਸੇ ਵੀ ਖਬਰ ਨੂੰ ਇਸ ਢੰਗ ਦੇ ਨਾਲ ਪੇਸ਼ ਕਰਨਾ ਕਿ ਸਿੱਧੂ ਮੂਸੇ ਵਾਲੇ ਦੇ ਮਸਲੇ ਦੀ ਗੱਲ ਕਰਦੇ ਆ ਲਾਰੈਂਸ ਬਿਸ਼ਨੋਈ ਨੂੰ ਉੱਥੋਂ ਲੈ ਕੇ ਦਿੱਲੀੋਂ ਲੈ ਕੇ ਪੰਜਾਬ ਪੰਜਾਬ ਤੋਂ ਲੈ ਕੇ ਸੀਆਈਏ ਸਟਾਫ ਛੱਡਣ ਤੱਕ ਤੇ ਹੁਣ ਵੀ ਜਿਹੜੇ ਬਹੁਤੇ ਪੱਤਰਕਾਰ ਨੇ ਉੱਥੇ ਆਲੇ ਦੁਆਲੇ ਗੇੜੇ ਲਾਉਂਦੇ ਨੇ ਇਹਨੂੰ ਕਿਸ ਤਰ੍ਹਾਂ ਦੇਖਿਆ ਜਾਏ ਕਾਫੀ ਜਿਹੜੀ ਆਲੋਚਨਾ ਇਸ ਗੱਲ ਦੀ ਵੀ ਹੋ ਰਹੀ ਆ ਸਕਵਿੰਦਰ ਬੜੀ ਸਾਫ਼ ਗੱਲਿਆਂ ਕਿ ਬਿਜ਼ਨਸ ਹਿੱਤ ਜ਼ਿਆਦਾ ਆ ਇਹ ਜਿਹੜਾ ਮੁੱਦਾ ਆ ਉਹਦੇ ਹਿੱਤ ਘਾਟਿਆ ਜੇ ਮੁੱਦੇ ਦੇ ਹਿੱਤ ਹੋਣ ਤੇ ਪਿੱਛੇ ਜਾ ਕੇ ਉਹਦੀਆਂ ਫੋਟੋਆਂ ਦਿਖਾਉਣੀਆਂ ਹੁਣ ਜੇ ਕਾਫਲਾ ਚੱਲ ਪਿਆ ਹੁਣ ਇਸ ਜਗ੍ਹਾ ਤੋਂ ਨੰਗ ਰਿਹਾ ਇਹ ਵੀ ਦੱਸ ਰਿਹਾ ਵੀ ਹੁਣ ਇਸ ਜਗ੍ਹਾ ਤੋਂ ਨੰਗ ਰਿਹਾ ਆ ਦੇਖੋ ਬੋਰਡ ਨਜ਼ਰ ਆ ਗਏ ਹੁਣ ਇਹ ਇਸ ਪਾਸੇ ਨੂੰ ਜਾਣਗੇ ਯਾਨੀ ਜਿਹਨੇ ਕੁਝ ਕੰਮ ਪੁੱਠਾ ਕਾਰਾ ਕਰਨਾ ਉਹਨੂੰ ਸਾਫ਼-ਸਾਫ਼ ਕੋਈ ਵੀ ਕਿਤੇ ਤਕਲੀਫ਼ ਨਾ ਹੋਵੇ ਰਾਹ ਦੱਸੀ ਜਾਣ ਐਸ ਗੱਡੀ ਚ ਬੈਠਾ ਜੇ ਬਿਸ਼ਨੋਈ ਬੈਠਾ ਲਾਰੈਂਸ ਬਿਸ਼ਨੋਈ ਜਾਂ ਨਾਲ ਦੀ ਗੱਡੀ ਚ ਧਿਆਨ ਨਾ ਦੇਖੋ ਫਿਰ ਇੱਕ ਵਾਰੀ ਦੇਖੋ ਇਹ ਰੌਲਾ ਪਾਈ ਤੁਰੇ ਜਾਂਦੇ ਪਾਈ ਤੁਰੇ ਜਾਂਦੇ ਕੀ ਪੁਲਿਸ ਜਾਂ ਸਾਡੀ ਜਿਹੜੀ ਸਰਕਾਰ ਆ ਉਹ ਨਹੀਂ ਦੇਖ ਰਹੀਆਂ ਕਿ ਇਹਦਾ ਜਿਹੜਾ ਪੁੱਠਾ ਅਸਰ ਕੀ ਹੋ ਸਕਦਾ ਪਹਿਲਾਂ ਨਹੀਂ ਸਾਨੂੰ ਹੱਥ ਲੱਗਿਆ ਜਿਹੜਾ ਸਿਕਿਉਰਿਟੀ ਵਾਪਿਸ ਕੀਤੀ ਤੇ ਨਾਲ ਹੀ ਤੁਸੀਂ ਛਾਇਆ ਖੜਤਾ ਉਹਦਾ ਰਿਜ਼ਲਟ ਕੀ ਨਿਕਲਿਆ ਇਹ ਕੰਮ ਤੇ ਬੰਦ ਹੋਣੇ ਚਾਹੀਦੇ ਆ ਜਾਂ ਘੱਟੋ ਘੱਟ ਮਿਨੀਮਲ ਹੋਣੇ ਚਾਹੀਦੇ ਸਰਕਾਰ ਕਹੇ ਜਾਂ ਪੁਲਿਸ ਕਹੇ ਓ ਬਈ মিডিਆ ਵਾਲਿਓ ਆਪਣੀ ਟਿੰਡ ਫੋੜੀ ਲੈ ਕੇ ਆਓ ਉੱਥੇ ਬੈਠ ਜਾਓ ਅਸੀਂ ਸਾਨੂੰ ਲਗੜਿਆ 10 ਘੰਟੇ ਤੁਹਾਨੂੰ ਅਸੀਂ ਸ਼ਾਮ ਨੂੰ ਐਨੇ ਵਜੇ 15 ਮਿੰਟ ਬਰੀਫ ਕਰਦਾਂਗੇ ਉਦੋਂ ਬਾਅਦ ਉਦੋਂ ਪਹਿਲਾਂ ਤੁਸੀਂ ਸਾਨੂੰ ਨੇੜੇ ਤੇੜੇ ਫਟਕਣੇ ਨਹੀਂ ਚਾਹੀਦੇ ਉਹ ਵੀ ਕਿਉਂ ਨਹੀਂ ਗੱਲ ਕਰਦੇ ਹੈ ਕਿਉਂਕਿ ਮੇਰਾ ਖਿਆਲ ਮੀਡੀਆ ਵੀ ਇਸ ਗੱਲ ਤੇ ਖੁਸ਼ ਹੋਊਗਾ ਕਿ ਜੇ ਉਹਨਾਂ ਨੂੰ ਇਸ ਗੱਲ ਦੀ ਰਾਹਤ ਮਿਲ ਜੇ ਕਿ ਕੋਈ ਵੀ ਐਡਵਾਂਸ ਜਾ ਕੇ ਕੋਈ ਲੱਗ ਬ੍ਰੇਕਿੰਗ ਨਿਊਜ਼ ਨਾ ਲੈ ਲੈ ਬ੍ਰੇਕਿੰਗ ਐਡਾ ਵੱਡਾ ਹੁੰਦਾ ਕਿ ਜਿਹੜਾ ਸਕਰੀਨ ਆ ਟੀਵੀ ਦਾ ਉਹ ਬੱਬਾ ਉਹਦੇ ਚ ਬਾਹਰ ਡਿੱਗ ਡੇ ਕੇ ਪੈਂਦਾ ਵੀ ਐਡੀ ਵੱਡੀ ਤੇ ਗੱਲ ਵਿੱਚੋਂ ਨਿਕਲੀ ਹੁੰਦੀ ਆ ਕਿ ਪੁੱਟਿਆ ਪਹਾੜ ਨਿਕਲੀ ਚੋਈ ਚੂਈ ਚੂਹਾ ਨਹੀਂ ਚੂਈ ਉਹ ਵੀ ਛੋਟੀ ਜੀ ਹੈਨਾ ਉਹੋ ਜੀ ਹਾਲਾਤ ਹੁੰਦੀ ਆ ਬਹੁਤ ਵੱਡੀ ਖਬਰ ਆ ਗਿਆ ਹੁਣ ਯਾਰ ਖਬਰ ਕੀ ਬਿਸ਼ਨੋਈ ਜਿਹੜਾ ਜੇਲ੍ਹ ਚੋਂ ਫੜ ਵੀ ਜੇਲ੍ਹ ਚ ਤੇ ਪਹਿਲੇ ਹੀ ਸੀ ਕਿ ਫੜ ਕੇ ਲਿਆ ਉਹਨੂੰ ਜਿਹੜਾ ਪਹਿਲੇ ਹੀ ਫੜਿਆ ਪੰਦਾ ਸੀਗਾ ਇਹੋ ਜਿਹਾ ਗੁੱਡੀ ਘਮਾਉਂਦੇ ਸਾਰੀ ਦਿਹਾੜੀ ਕੰਨ ਖਾ ਜਾਂਦੇ ਆ ਸਿਆਣੀ ਬੰਦੇ ਤੇ ਟੀਵੀ ਵੀ ਦੇਖਦੇ ਫਿਰ ਵੀ ਹੁਣ ਕੀ ਕਰਨ ਮਾੜਾ ਮੋਟਾ ਤੇ ਵੇਹਲ ਹੁੰਦਾ ਹੀ ਆ ਸਾਰਿਆਂ ਕੋਲ ਉਹ ਫੋਨਾਂ ਦੇ ਫਿਰ ਫੋਨਾਂ 'ਚ ਸੋਸ਼ਲ ਮੀਡੀਆ ਆ ਗਿਆ ਉਹ ਟੀਵੀ ਨਹੀਂ ਤੇ ਟੀਵੀ ਵੀ ਹੁੰਦਾ ਸਾਰੀਆਂ ਚੀਜ਼ਾਂ ਫੋਨਾਂ ਤੇ ਆਉਂਦੀਆਂ ਹੁਣ ਇਹ ਸਾਰੇ ਹਾਲਾਤ ਲੋਕਾਂ ਕੰਮਕੁਮ ਛੱਡ ਕੇ ਪਾਚ ਲੱਗੇ ਮੈਨੂੰ ਲੱਗਦਾ ਕਿ ਜਿਹੜੀ ਕੋਈ ਵੀ ਸੀਰੀਅਸ ਕੇਸ ਦੀ ਤੈਕੀਕਾਤ ਆ ਇਨਕੁਆਰੀ ਆ ਤੁਸੀਂ ਕੇਸ ਦੀ ਤਹਿ ਤੱਕ ਪਹੁੰਚਣਾ ਉਹ ਮੀਡੀਆ ਦੀ ਲਗਾਤਾਰ ਇਹੋ ਜੀ ਗਲੇਰਿੰਗ ਤੋਂ ਦੂਰ ਹੋਣਾ ਚਾਹੀਦਾ ਮੀਡੀਆ ਨੂੰ ਸਾਥ ਰੱਖੋ ਅਪਡੇਟ ਕਰੋ ਟਾਈਮ ਟੂ ਟਾਈਮ ਕਰਦੋ 4 ਘੰਟੇ ਬਾਅਦ ਕਰਦੋ ਹਰ 6 ਘੰਟੇ ਬਾਅਦ ਕਰਦੋ ਤਾਂ ਕਿ ਉਹਨਾਂ ਦਾ ਵੀ ਢਿੱਡ ਭਰੀ ਜਾਏ ਉਹਨਾਂ ਨੂੰ ਇਹ ਨਾ ਲੱਗੇ ਕਿ ਅੱਜ ਦੀ ਯਾਰ ਕੋਈ ਖਬਰ ਜਿੱਤਾ ਕਾ ਹੀ ਨਹੀਂ ਪਰ ਇਹ ਨਹੀਂ ਕਿ 24 ਘੰਟੇ ਤੁਸੀਂ ਉੱਥੇ ਬੈਠੇ ਆ ਲਾਈਵ ਆ ਕੋਈ ਫੇਸਬੁੱਕ ਤੇ ਆ ਕੋਈ ਕਿੱਧਰ ਕੋਈ ਟਵਿੱਟਰ ਮਾਰ ਰਿਹਾ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਇਹਦੇ ਨਾਲ ਕੋਈ ਬਹੁਤਾ ਫਾਇਦਾ ਨਾ ਤੇ ਉਸ ਕੇਸ ਦਾ ਹੁੰਦਾ ਨਾ ਉਸ ਮੁੱਦੇ ਦਾ ਹੁੰਦਾ ਨਾ ਉਹਨਾਂ ਲੋਕਾਂ ਦਾ ਹੁੰਦਾ ਨਾ ਤਹਿਕੀਕਾ ਦਾ ਹੁੰਦਾ ਇਹਨਾਂ ਦਾ ਆਪਣਾ ਫਾਇਦਾ ਵੀ ਬਹੁਤਾ ਨਹੀਂ ਹੁੰਦਾ ਜਿੰਨਾ ਤੁਸੀਂ ਕਰਲਾਓਗੇ ਜਿਆਦਾ ਰੌਲਾ ਜਿਆਦਾ ਪਾਓਗੇ ਰੌਲੇ ਤੇ ਜਿਹੜਾ ਅਸਲੀ ਮੁੱਦੇ ਦੀ ਜਿਹੜੀ ਵਿਆਖਿਆ ਉਹ ਘੱਟ ਹੋਊਗੀ ਤਾਂ ਲੋਕੀ ਵੀ ਬੋਰ ਹੋ ਕੇ ਤੁਹਾਨੂੰ ਛੱਡ ਜਾਣਗੇ ਇਸ ਲਈ ਸਾਰਿਆਂ ਲਈ ਫਾਇਦਾ ਇਹ ਹੈ ਕਿ ਇਸ ਨੂੰ ਇੱਕ ਸਿਸਟਮ 'ਚ ਰਹਿ ਕੇ ਇੱਕ ਡਿਸਿਪਲਨ 'ਚ ਰਹਿ ਕੇ ਕੀਤਾ ਜਾਏ ਨਾ ਕਿ 24 ਘੰਟੇ ਲਾ 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 ਕਰਵਾਈ ਜਾਏ ਪ੍ਰੋਫੈਸਰ ਇੱਕ ਹੋਰ ਗੱਲ ਹੈ ਨਾ ਕਿ ਜਦੋਂ ਆਪਾਂ ਇਸ ਕੇਸ ਨੂੰ ਦੇਖਦੇ ਹਾਂ ਲੋਕ ਹਾਲੇ ਤੱਕ ਸਵਾਲ ਪੁੱਛ ਰਹੇ ਨੇ ਕਿ ਉਹ ਹਥਿਆਰ ਕਿੱਥੇ ਨੇ ਜਿਹੜੇ ਕਹਿੰਦੇ ਬੜੇ ਖਤਰਨਾਕ ਹਥਿਆਰ ਬਾਰਡਰ ਤੋਂ ਟੱਪ ਕੇ ਆ ਗਏ ਜਾਂ ਕਿਤੋਂ ਵੀ ਆਏ ਹੈ ਤਾਂ ਹੁਣ ਵੀ ਇੰਡੀਆ ਦੇ ਵਿੱਚ ਹੀ ਹੋਣੇ ਕਿਤੇ ਖੁਰਦਪੁਰ ਤੱਕ ਕੀਤੇ ਨਹੀਂ ਤੇ ਪੁਲਿਸ ਉੱਥੇ ਤੱਕ ਕਿਉਂ ਨਹੀਂ ਪਹੁੰਚ ਰਹੀ ਕੱਲ ਨੂੰ ਉਹਨਾਂ ਹਥਿਆਰਾਂ ਦੇ ਨਾਲ ਜਿਹੜੀ ਰਸ਼ੀਅਨ ਗਨ ਦੀ ਗੱਲ ਕਰਦੇ ਨੇ ਉਹਦੇ ਨਾਲ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਜਿਵੇਂ ਸਲਮਾਨ ਖਾਨ ਨੂੰ ਧਮਕੀਆਂ ਆ ਰਹੀਆਂ ਫਿਰ ਇੱਕ ਗੱਲ ਹੋਰ ਮੈਂ ਤੁਸੀਂ ਵੀ ਸੁਣਿਆ ਹੋਣਾ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਵੀ ਰਹੇ ਉਹ ਲੰਮਾ ਸਮਾਂ ਜੇਲਾ 'ਚ ਕੈਮਰੇ ਲਵਾਏ ਉਹਨਾਂ ਨੇ ਉਹਨਾਂ ਨੂੰ ਵੀ ਗੈਂਗਸਟਰਾਂ ਦੇ ਫੋਨ ਆਉਂਦੇ ਰਹੇ ਕਿ ਵਧਾਈਆਂ ਤੁਸੀਂ ਜੇਲ੍ਹ ਮੰਤਰੀ ਬਣ ਗਏ ਉਹ ਬੜੇ ਹੈਰਾਨ ਹੋਏ ਇਸ ਗੱਲ ਨੂੰ ਲੈ ਕੇ ਪਰ ਉਹਨਾਂ ਨੇ ਪਿੱਛੇ ਦੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਗੈਂਗਸਟਰਾਂ ਨੂੰ ਏਜੰਸੀਆਂ ਪਾਲਦੀਆਂ ਨੇ ਅੰਦਰ ਜਿਹੜੀਆਂ ਏਜੰਸੀਆਂ ਉਹ ਮੋਬਾਈਲ ਪਹੁੰਚਾਉਂਦੀਆਂ ਨੇ ਇਹਨਾਂ ਦੇ ਆਪ ਦੇ ਬੰਦੇ ਅੰਦਰ ਲੱਗੇ ਨੇ ਫਿਰ ਜਦੋਂ ਮੰਤਰੀ ਸਾਹਿਬ ਸਾਫ਼ ਤੌਰ ਦੇ ਉੱਤੇ ਕਹਿ ਰਹੇ ਨੇ ਤਾਂ ਇਸ ਗੱਲ ਨੂੰ ਕਿਉਂ ਨਹੀਂ ਉਸ ਤਰੀਕੇ ਨਾਲ ਖੋਖਿਆ ਜਾਂਦਾ ਤੇ ਨਾਲੋਂ ਨਾਲ ਗੱਲ ਇਹ ਵੀ ਆ ਕਿ ਕੀ ਇਸ ਗੈਂਗਸਟਰਵਾਦ ਦਾ ਜਿਹੜਾ ਕਲਚਰ ਹੈ ਉਹਨੂੰ ਵਧਾਵਾ ਨਹੀਂ ਦਿੱਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਨੌਜਵਾਨ ਦੇਖ ਰਹੇ ਨੇ ਕਿ ਦੇਖੋ ਜੀ ਗੈਂਗਸਟਰ ਦੀ ਕਿੰਨੀ ਦਹਿਸ਼ਤ ਹੈ ਜਿਹੜਾ ਵਿਚਾਰਾ ਗਾਇਕ ਸੀ ਉਹਨੂੰ ਤਾਂ ਸਿਕਿਉਰਿਟੀ ਦਿੱਤੀ ਨਹੀਂ ਉਹ ਤਾਂ ਮਾਰਿਆ ਗਿਆ ਇੱਕ ਗੈਂਗਸਟਰ ਦੇ ਆਲੇ ਦੁਆਲੇ ਪੂਰੇ ਸੂਬੇ ਦੀ ਪੁਲਿਸ ਤੁਰੀ ਫਿਰਦੀ ਆ ਤੇ ਸਾਡੇ ਲੋਕਾਂ ਨੂੰ ਨੌਜਵਾਨਾਂ ਨੂੰ ਇਦਾਂ ਲੱਗਦਾ ਕਿ ਗੈਂਗਸਟਰ ਹੋਣਾ ਹੀ ਬਹੁਤ ਵੱਡੀ ਗੱਲ ਆ ਲਗਦਾ ਨਹੀਂ ਐ ਬਣਾਤਾ ਜਿਸ ਢੰਗ ਨਾਲ ਕੋਰਟ ਨੂੰ ਇੰਨੀ ਜ਼ਿਆਦਾ ਚਿੰਤਾ ਹੋਈ ਸੀ ਵੀ ਕਿਤੇ ਇਹਨੂੰ ਮਾਰ ਨਾ ਦਿੱਤਾ ਜਾਏ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਇਹਨੂੰ ਖਤਮ ਨਾ ਕਰਤਾ ਜਾਏ ਸਾਨੂੰ 100% ਇਹ ਗਰੰਟੀ ਦਉ ਵੀ ਜਿਸ ਤਰ੍ਹਾਂ ਸਾਡਾ ਇਹ ਬੰਦਾ ਲੈ ਕੇ ਜਾ ਰਹੇ ਆ ਉਸੇ ਤਰੀਕੇ ਨਾਲ ਸਾਫ਼ ਸੁਥਰਾ ਬਿਲਕੁਲ ਇਹਨੂੰ ਚੁੰਡੀ ਨਹੀਂ ਵੱਡੀ ਹੋਣੀ ਚਾਹੀਦੀ ਕਿਤੇ ਮਾੜੀ ਜੀ ਖਰੋਜ ਨਹੀਂ ਹੋਣੀ ਚਾਹੀਦੀ ਸਾਧੂ ਬੰਦਾ ਆ ਇਸ ਸਾਧੂਆਂ ਨੂੰ ਜੇ ਤੁਸੀਂ ਮਾਰਾ ਜਾਂ ਵੀ ਵੱਢ ਘੱਟ ਕਰੋਗੇ ਤੇ ਪਾਪ ਲੱਗੂਗਾ ਤੇ ਉਹ ਖੁਦ ਵੀ ਡਰੇ ਫਿਰਦੇ ਜੱਜ ਕਿ ਜੇ ਸਾਧੂਆਂ ਨੂੰ ਕੁਝ ਹੋ ਗਿਆ ਤੇ ਸਾਡੇ ਤੇ ਵੀ ਉਹਦਾ ਅਸਰ ਪਊਗਾ ਸਾਨੂੰ ਵੀ ਪਾਪ ਲੱਗੂਗਾ ਇਸ ਲਈ ਪੰਜਾਬ ਦੀ ਪੁਲਿਸ ਜਿਹੜੀ ਕਿ ਜਾਣੀ ਜਾਂਦੀ ਹੈ ਖੁੰਖਾਰੀ ਪੁਲਿਸ ਆ ਉਹਦੇ ਹੱਥ ਇਹਨੂੰ ਫੜਾਉਣ ਤੋਂ ਪਹਿਲਾਂ ਸਾਰੇ ਉਹਨਾਂ ਦੇ ਹੱਥ ਬੰਨਤੇ ਜਾਣ ਤੇ ਉਹਨਾਂ ਤੋਂ ਸਾਰੀ ਕਿਸਮ ਦੀਆਂ ਗਰੰਟੀਆਂ ਲਈਆਂ ਜਾਣ ਕਿ ਇਹਦਾ ਵਾਰਿੰਗਾ ਨਹੀਂ ਹੋਊਗਾ ਜਦੋਂ ਇਸ ਤਰ੍ਹਾਂ ਹੋਵੇ ਜਿਸ ਢੰਗ ਨਾਲ ਉਹ ਤੇ ਮੀਡੀਆ ਦੇ ਵੀ ਰੋਲਿਆ ਉਹ ਲਗਾਤਾਰ ਉਹਨਾਂ ਨੂੰ ਹੀਰੋ ਐਂਜ ਪੇਛ ਕਰਦੇ ਆ ਹੁਣ ਐਂਜ ਹੋ ਗਿਆ ਹੁਣ ਲਾਰਿਸ ਬਿਸ਼ਨੋਈ ਨੇ ਰੋਟੀ ਖਾ ਲਈ ਹੁਣ ਲਾਰੈਂਸ ਬਿਸ਼ਨੋਈ ਇਧਰ ਨੂੰ ਜਾ ਰਿਹਾ ਹੁਣ ਉਹਦੀ ਉਹ ਖਲਾਨੇ ਤੇ ਹੋ ਗਈ ਉਹਦੀ ਕੈਨੇਡਾ ਚ ਗੱਲ ਹੋ ਰਹੀ ਆ ਉਹਦੀ ਅੰਦਰੋਂ ਹੀ ਗੱਲਾਂ ਹੋ ਰੀਆਂ ਫਲਾਨਾ ਟਮਕਾਣਾ ਉਹ ਸਾਰਾ ਜਦੋਂ ਮੀਡੀਆ ਦੀ ਗਲੇਅਰ ਵਿੱਚ ਐਨਾ ਆਉਂਦਾ ਇਹ ਉਹਦੀ ਬਦਖੋਈ ਨਹੀਂ ਤੁਸੀਂ ਠੀਕ ਹੈ ਕਿਹਾ ਕਿ ਉਹਨਾਂ ਨੂੰ ਬਿਲਕੁਲ ਇੱਕ ਵੱਡੇ ਰੋਲ ਮਾਡਲ ਨੌਜਵਾਨਾਂ ਲਈ ਬਣਾ ਕੇ ਇਹੋ ਜਿਹਾ ਬਣੋਗੇ ਤੇ ਇੰਨਾ ਰੁਤਬਾ ਇਨੀ ਪੁਲਿਸ ਤੁਹਾਡੇ ਤੋਂ ਡਰੂਗੀ ਤਰਾ ਤਰਾ ਕਰੂਗੀ ਤੁਸੀਂ ਇਸ ਕੰਮ ਚੱਲ ਜਾਓ ਪੈਸਾ ਮੋਟਾ ਆ ਹਥਿਆਰ ਤੁਹਾਡੇ ਕੋਲ ਆ ਜਿੰਨਾ ਚਿਰ ਜਿੰਦੇ ਰਹੋਗੇ ਉਹਨਾਂ ਚਿਰ ਠੀਕ ਆ ਜਦੋਂ ਮਰ ਗਏ ਤੇ ਮਰਨਾ ਤੇ ਹੈ ਹੀ ਇਸ ਕਿਸਮ ਦੀ ਸਿੱਖਿਆ ਇਸ ਕਿਸਮ ਦੀ ਸਿੱਖਿਆ ਕਿਉਂਕਿ ਬਹੁਤ ਸਾਰੇ ਜਿਹੜੇ ਗੈਂਗਸਟਰ ਆ ਇਹਨਾਂ ਦੀ ਉਮਰ ਬਹੁਤ ਘੱਟ ਹੁੰਦੀ ਹੈ ਜੁਥੇ ਦੀ 25 ਸਾਲ ਵੱਧ ਤੋਂ ਵੱਧ ਮਤਲਬ 35 35 ਤੱਕ ਹੀ ਕੰਮ ਇਹਨਾਂ ਦਾ ਖਤਮ ਹੋ ਜਾਂਦਾ ਹੈ ਬਹੁਤਿਆਂ ਦਾ ਕਿਉਂ ਕਿ ਉਹ ਕਿਤੇ ਰੰਗੇ ਦੇ ਫੜੇ ਜਾਂਦੇ ਆ ਫਿਰ ਆਪ ਹੀ ਜਿਨ੍ਹਾਂ ਨੇ ਪਾਲੇ ਹੁੰਦੇ ਆ ਉਹਨਾਂ ਨੂੰ ਵੀ ਲੱਗਦਾ ਹੁੰਦਾ ਕਿ ਯਾਰ ਹੁਣ ਇਹਨਾਂ ਤੋਂ ਛਡਕਾਰਾ ਪਾਓ ਇਹਨਾਂ ਕੋ ਭੇਦ ਬਹੁਤ ਹੋ ਗਈ ਆ ਤਜਰਬਾ ਬਹੁਤ ਹੋ ਗਿਆ ਇਸ ਗੱਲ ਦਾ ਸ਼ਾਇਦ ਉਹਨਾਂ ਨੂੰ ਜਿਹੜੇ ਗੈਂਗਸਟਰਿਜ਼ਮ ਦੇ ਅੰਦਰ ਜਾਂਦੇ ਹੋ ਉਸ ਗੱਲ ਦਾ ਅਨੁਾਜਾ ਨਾ ਹੋਵੇ ਉਹਨਾਂ ਨੂੰ ਤੇ ਐਸ਼ੋ ਵਿਸ਼ਨ ਤਵਾਲੀ ਰਤਬੇ ਵਾਲੀ ਇੱਕ ਉਹ ਰੋਬਿਨ ਹੁੱਡ ਕਰੈਕਟਰ ਜਿਦ ਤਰ੍ਹਾਂ ਸਾਡੇ ਜੱਗੇ ਵਾਲਾ ਸੀਗਾ ਨਾ ਜੱਗਾ ਜੱਗਾ ਮਾਰਿਆ ਬੋਰਡ ਦੀ ਥਾਵੇਂ ਨੌ ਮੰਨ ਰੇਤ ਭੇਜ ਗਈ ਉਹ ਜਿਹੜੇ ਗਾਣੇ ਕਿੱਸੇ ਬਣਦੇ ਇਹਨਾਂ ਨੂੰ ਲੱਗਦਾ ਇਹ ਲੈਜੈਂਡਰੀ ਆ ਕਿੱਸੇ ਹੋਣਗੇ ਸਾਡੇ ਬਾਅਦ ਕੌਣ ਬੁਲੂਗਾ ਲਾਰੈਂਸ ਬਿਸ਼ਰੋਈ ਨੂੰ ਕਿਸੇ ਨੇ ਭਾਵੇਂ ਉਹਨੂੰ ਕ੍ਰਾਈਮ ਦੇ ਤੌਰ ਤੇ ਉਹ ਕਹਿੰਦੇ ਆ ਨਾਮ ਹੋਗਾ ਬਦਨਾਮ ਹੋਣਗੇ ਕਿਆ ਨਾਮ ਨਹੀਂ ਹੋਗਾ ਬਦਨਾਮ ਤੇ ਹੈ ਪਰ ਨਾਮ ਤੇ ਕਿੱਡਾ ਵੱਡਾ ਆ ਗੁੱਡਾ ਏਡਾ ਤੇ ਮੇਰਾ ਖਿਆਲ ਹੈ ਜੋ ਬਾਈਡਨ ਆਜਿਓ ਉਹਨੂੰ ਮੀਡੀਆ ਨਾਲ ਇੰਨਾ ਕਵਰ ਕਰੇ ਘੱਟੋ ਘੱਟ ਪੰਜਾਬ ਦਾ ਮੀਡੀਆ ਤੇ ਨਹੀਂ ਕਵਰ ਇੰਨਾ ਕਰੂਗਾ ਜਿੰਨਾ ਉਹਨੂੰ ਕਰ ਦਿੱਤਾ ਤੇ ਇਹ ਜਿਹੜੀ ਹੀਰੋ ਬਣਾਵਣਾ ਕੇ ਪੇਸ਼ ਕਰਨਾ ਕਿ ਨੌਜਵਾਨਾਂ ਲਈ ਆ ਇੱਕ ਬਹੁਤ ਵੱਡਾ ਕੰਮ ਆ ਕਿ ਇਹ ਨਾ ਭੁੱਲ ਜਾਣ ਇਹਦੇ ਚ ਜਰੂਰ ਇੱਕ ਵਾਰੀ ਆਪਣਾ ਹੱਥ ਜਮਾ ਕੇ ਦੇਖਣ ਹੋਰ ਨੌਕਰੀ ਮਿਲੇ ਨਾ ਮਿਲੇ ਜਾਂ ਆਗਦੀ ਪੱਤ ਜਿਹੜਾ ਮੋਦੀ ਜੀ ਨੇ ਕੱਢਿਆ ਉਹਦੇ ਵੱਲ ਨੂੰ ਜਾਣਾ ਜਾਂ ਨਹੀਂ ਜਾਣਾ ਉਹ ਬਾਅਦ ਦੀ ਗੱਲ ਆ ਪਰ ਇੱਥੇ ਪਹਿਲਾਂ ਇਹ ਜ਼ਰੂਰੀ ਹੋਣਾ ਚਾਹੀਦਾ ਇਸ ਕਿਸਮ ਦੀ ਗੱਲ ਹੈਗੀ ਆ ਹਾਂਜੀ ਚਲੋ ਦੇਖਾਂਗੇ ਕਿ ਅੱਗੇ ਹੁਣ ਕਿੱਥੇ ਤੱਕ ਹੱਥ ਪਹੁੰਚਦੇ ਨੇ ਕਹਿੰਦੇ ਕੈਨੇਡਾ ਚ 골ਡੀ ਬਰਾਡ ਨੂੰ ਲੈ ਕੇ ਆਣਾ ਫੇਰ ਸਵਾਲ ਉੱਠੀ ਆ ਕੇ ਅੜ ਜਾਂਦਾ ਕਿ ਜਿਹੜੇ ਇੱਥੇ ਹਥਿਆਰ ਆਏ ਉਹਨਾਂ ਬਾਰੇ ਕੌਣ ਦੱਸੇਗਾ ਕਿਵੇਂ ਆ ਗਏ ਕਿੱਥੋਂ ਆ ਗਏ ਬਹੁਤ ਕੁਝ ਇਹੋ ਜਿਹਾ ਹੈ ਅਗਲੀ ਗੱਲ ਆਪਾਂ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਾਡੀਆਂ ਪ੍ਰਾਪਤੀਆਂ ਗਿਣਾਓ ਤਾਂ ਕਰਕੇ ਅਸੀਂ ਜਿਹੜਾ ਆ ਉਹ ਲੋਕਾਂ ਦੇ ਵਿੱਚ ਪੂਰੀ ਪਛਾੜ ਬਣਾ ਸਕੀਏ ਕਿ ਅਸੀਂ ਬਹੁਤ ਕੁਝ ਕੀਤਾ ਆ ਇਹ ਸਰਕਾਰਾਂ ਅਕਸਰ ਕਰਦੀ ਆ ਇਕੱਲੇ ਪੰਜਾਬ ਦੀ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਦਾ ਕੰਮ ਹੁੰਦਾ ਹੁਣ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਬੱਸ ਨੂੰ ਹਰੀ ਝੰਡੀ ਦਿਖਾਤੀ ਉਹ ਬੱਸਾਂ ਜਿਹੜੀਆਂ ਪੰਜਾਬ ਤੋਂ ਦਿੱਲੀ ਨੂੰ ਜਾਇਆ ਕਰਨਗੀਆਂ ਹੁਣ ਫੇਰ ਸਵਾਲ ਉੱਥੇ ਹੀ ਆ ਜਾਂਦਾ ਫੇਰ ਕਹਿੰਦੇ ਕਿ ਸਰਕਾਰ ਦੇ ਚੰਗੇ ਕੰਮ ਦੀ ਸਰਾਹਣਾ ਕਰੋ ਆਲੋਚਨਾ ਤਾਂ ਬਿਲਕੁਲ ਵੀ ਨਹੀਂ ਚੱਲਦੇ ਪਰ ਸਵਾਲ ਉੱਠ ਜਾਂਦਾ ਕਿ ਜੇ ਚੰਗੇ ਕੰਮ ਦੀ ਅਸੀਂ ਸਰਾਹਣਾ ਕਰ ਦਿੰਦੇ ਆ ਚੰਗੀ ਗੱਲ ਆ ਪੰਜਾਬ ਚੋਂ ਬੱਸਾਂ ਉਧਰ ਜਾ ਰਹੀਆਂ ਦਿੱਲੀ ਪਰ ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਚ ਆ ਕੇ ਹਰੀ ਝੰਡੀ ਕਿਵੇਂ ਦਿਖਾਈ ਕੀ ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਲੀ ਉਹ ਹਰੀ ਝੰਡੀ ਦਿਖਾ ਦਿੰਦੇ ਕਿ ਆਹ ਦੇਖੋ ਜੀ ਇੱਥੋਂ ਬਸ ਨਿਕਲ ਗਈ ਹੈ ਉਧਰੋਂ ਜਾ ਰਹੀ ਹੈ ਉਹਨਾਂ ਦਾ ਆਪਣਾ ਪ੍ਰੋਗਰਾਮ ਹੁੰਦਾ ਤੇ ਇਧਰੋਂ ਪੰਜਾਬ ਵਾਲੇ ਆਪਣਾ ਕਰ ਦਿੰਦੇ ਕਿ ਪਰ ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਹੈ ਨਾ ਕਿ ਚਰਚਾ ਜਿਹੜੀ ਹੈ ਉਹ ਉਹ ਕਰਾਉਣੀ ਹੀ ਕਰਾਉਣੀ ਹੈ ਕੇਜਰੀ ਵਾਲੇ ਦੱਸਣਾ ਚਾਹੁੰਦਾ ਹੈ ਕਿ ਇਹ ਮੇਰਾ ਥੱਲੇ ਅਸਿਸਟੈਂਟ ਹੈ ਤੁਹਾਡਾ ਚੀਫ ਮਿਨਿਸਟਰ ਨਹੀਂ ਹੈਗਾ ਭਗਵੰਤ ਮਾਨ ਇਹ ਦੱਸਣਾ ਚਾਹੁੰਦਾ ਉਹਦੇ ਸਾਹਮਣੇ ਚੂਕੜ ਕੇ ਦੱਸਣ ਉਦੇ ਕੋਈ ਕਿਸੇ ਵੀ ਇਸ਼ਾਰੇ ਦੇ ਵਿਰੁੱਧ ਕੋਈ ਆਪਣਾ ਆਜ਼ਾਦਾਨਾ ਤੌਰ ਦੇ ਉੱਤੇ ਇੱਕ ਵੀ ਕਦਮ ਲੈ ਕੇ ਦੱਸਣ ਤੇ ਫਿਰ 4 ਦਿਨ ਕੀਤੀ ਤੇ ਰਹਿ ਜੋ ਚੀਫ ਮਿਨਿਸਟਰੀ ਜਾਂ ਮਿਨਿਸਟਰੀ ਦੀ ਫਿਰ ਦੱਸਣ ਸਾਨੂੰ ਕੇਜਰੀਵਾਲ ਇੰਨਾ ਇੱਕ ਡਿਕਟੇਟੋਰੀਅਲ ਮਾਈਂਡ ਹੈ ਇੰਨਾ ਇੱਕ ਤਾਨਾਛਾ ਉਹਦੀ ਮਾਨਸਿਕਤਾ ਹੈਗੀ ਆ ਉਹ ਮਾੜੀ ਜਿਹੀ ਮੱਖੀ ਵੀ ਕਿਤੇ ਪੁਣ 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 ਜੀ ਕਰਦੇ ਨਾ ਕੰਨ ਲਾ ਗਏ ਉਹਨੂੰ ਲੱਗਦਾ ਕਿ ਕਿਸੇ ਨੇ ਸਾਜ਼ਿਸ਼ ਹੈ ਇਹਦੇ ਤੇ ਵੀ ਕੋਈ ਟਰਾਂਸਮਿਟਰ ਲਾਇਆ ਹੋਣਾ ਅੰਦਰੋਂ ਪਤਾ ਨਹੀਂ ਕਿਹੜੀ ਇਨਫੋਰਮੇਸ਼ਨ ਹੈ ਇੰਨਾ ਤਰਫ ਕਦਾਇਓ ਇਨਾ ਜਿਆਦਾ ਸਤਰਕ ਬੰਦਾ ਰਹਿਣ ਵਾਲਾ ਜਾ ਕੇ ਜਿਹੜੇ ਬੰਦੇ ਵਿੱਚ ਨੇੜੇ ਗਏ ਕੰਮ ਕੀਤਾ ਫਿਰ ਉਹ ਬਾਅਦ ਚ ਆਏ ਆਪਣੀਆਂ ਹੱਡੀਆਂ ਵੀ ਤੜਾਈਆਂ ਪੈਸੇ ਵੀ ਤੜਾਏ ਜੁੱਤੀਆਂ ਵੀ ਕਸਾਈਆਂ ਗੱਡੀਆਂ ਵੀ ਪਨਵਾਈਆਂ ਉਹਨਾਂ ਨੂੰ ਪੁੱਛੋ ਜੱਜ ਕੇ ਕੱਲੀ ਕੱਲੀ ਨੂੰ ਇੰਟਰਵਿਊ ਨੂੰ ਕਰਕੇ ਉਹਨਾਂ ਨੂੰ ਕਿ ਇਸ ਸੋਚ ਦੀ ਇਸ ਕਿਸਮ ਦੀ ਰਾਜਨੀਤੀ ਜਿਹੜੀ ਆ ਕਿਹੋ ਜੀ ਹੁਣ ਉਹ ਪੰਜਾਬ ਚ ਬਾਰ ਬਾਰ ਦੱਸਣ ਲਈ ਇਹ ਆਉਂਦਾ ਕਿ ਮੈਂ ਅਸਲੀ ਚੀ ਮਿਨਿਸਟਰ ਇਥੇ ਦਾ ਮੈਂ ਆ ਮੇਰੇ ਬਿਗੈਰ ਪੰਜਾਬ ਦੀ ਗਵਰਨਮੈਂਟ ਨਹੀਂ ਚੱਲ ਰਹੀ ਹੋ ਰਹੀ ਇਥੇ ਢੀਂਡੀ ਦੇਣ ਦਾ ਉਹਦਾ ਕੀ ਮਤਲਬ ਹੈ ਬੱਸਾਂ ਪੰਜਾਬ ਦੀਆਂ ਜਾਣੀਆਂ ਦਿੱਲੀ ਐ ਦਿੱਲੀ ਜਾਣੀ ਸੀ ਦਿੰਦੇ ਇਹਨਾਂ ਨੂੰ ਹੁਣ ਜੇ ਜਾਣ ਦਿੱਤੀਆਂ ਤੇ ਉੱਥੇ ਚੁੱਪ ਕਰਕੇ ਬੈਠੇ ਰਹਿਣ ਇੱਥੋਂ ਪੰਜਾਬ ਦੀਆਂ ਬੱਸਾਂ ਤੇ ਆਪਣਾ ਆਪਣਾ ਗਵਰਨਟਮੈਂਟ ਮਾਨ ਜੋ ਵੀ ਦੇਣ ਸਾਡੇ ਕੋਲ ਗਵਰਨਰ ਸਾਹਿਬ ਨਾਲ ਲੈ ਜਾਣ ਮਨਿਸਟਰ ਟਰਾਂਸਪੋਰਟ ਵਾਲਿਆਂ ਨੂੰ ਲੈ ਜਾਣ ਜਿਹੜੇ ਮਰਜੀ ਜਿੰਨੀਆਂ ਮਰਜੀ ਹਰੀਆਂ ਝੰਡੀਆਂ ਬੰਨ ਕੇ ਤੋੜ ਦੇਣ ਉਧਰ ਨੂੰ ਕੋਈ ਦਿੱਕਤ ਨਹੀਂ ਹੈਗੀ ਇਹ ਦੱਸਣਾ ਚਾਹੁੰਦੀ ਆ ਕਿਵੇਂ ਚੋਣਾਂ ਤੋਂ ਪਹਿਲਾਂ ਗਵਰ ਵੀਜੇ ਪ੍ਰਤਾਪ ਨੂੰ ਕਿਵੇਂ ਧੂਮ ਧਾਮ ਨਾਲ ਆਈਂਦੀ ਪ੍ਰੈਸ ਕਾਨਫਰੰਸ ਕਰਕੇ ਲਿਆਂਦਾ ਸੀ ਅੰਦਰ ਤੇ ਉਹਨੂੰ ਕਿੰਨੀ ਉਮੀਦ ਦਿੱਤੀ ਸੀ ਕਿੰਨਾ ਬਰਗਾੜੀ ਵਾਲੇ ਮੁੱਦੇ ਦਾ ਇਹਨਾਂ ਨੇ ਕਿਹਾ ਸੀ ਇੰਝ ਕਰਦੇ ਆਂਗੇ ਇੰਝ ਕਰਦੇ ਆਂਗੇ ਹੁਣ ਕੁਛ ਕਰਦੇ ਕਿਉਂ ਨਹੀਂ ਕਿੱਥੇ ਗਿਆ ਕੁਮਰ ਵਿਜੇ ਪ੍ਰਤਾਪ ਦੋ ਵਾਰੀ ਉਹਨੇ ਆਣ ਕੇ ਬਾਹਰ ਆਪਣਾ ਪੂਰਾ ਰੌਲਾ ਪਾਇਆ ਕਿ ਉਹ ਚਿੱਠੀ ਲਿਖ ਕੇ ਚਿੱਠੀ ਭੇਜੀ ਹੈ ਮੈਨੂੰ ਇਹਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਜਾਏ ਜਦੋਂ ਕੋਰਟ ਦੇ ਵਿੱਚ ਕੋਈ ਵੀ ਕੇਸ ਹੁੰਦਾ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਜਿੰਨਾ ਮੈਨੂੰ ਪਤਾ ਹੋਰ ਕੋਈ ਨਹੀਂ ਇਹਦਾ ਮਤਲਬ ਉਹਨੂੰ ਸ਼ੱਕ ਹੈ ਸਰਕਾਰ ਦੇ ਉੱਤੇ ਸਰਕਾਰ ਦੇ ਟਰਨੀ ਜਨਰਲ ਦੇ ਉੱਤੇ ਸ਼ੱਕ ਹੈਗਾ ਇੰਨਾ ਦੀ ਕਾਰਵਾਈ ਕਰਤੂਤਾਂ ਦੇ ਛਾਕੇਗਾ ਤਾਂ ਹੀ ਤੇ ਉਹ ਕਹਿ ਰਿਹਾ ਇਹਨਾਂ ਦਾ ਐਮਐਲਆ ਇਸੇ ਕੈਦਰੀ ਵੱਲ ਨੇ ਲੈ ਕੇ ਆਇਆ ਅਸੀਂ ਤੇ ਨਹੀਂ ਇਹਨੂੰ ਅੰਦਰ ਲੈ ਕੇ ਆਏ ਉਹਦੀ ਕਿਉਂ ਨਹੀਂ ਸੁਣਦੇ ਬਈ ਇਹ ਕਾਫੀ ਕਾਲੇ ਮਾਲੇ ਹੈਗੇ ਆ ਅੱਜ ਬੋਲ ਕੇ ਗਿਆ ਕਿਆ ਬਾਤ ਕਰਤੇ ਹੋ ਇਹ ਗੁੰਡੇ ਪੈਦਾ ਕੀਤੇ ਜੋ ਗੈਂਗ ਪੈਦਾ ਕੀਏ ਹੋਏ ਆ ਪ੍ਰਾਣੀ ਸਰਕਾਰੋਂ ਨੇ ਪੈਦਾ ਕੀਏ ਹੋਏ ਆ ਅੱਜ ਦੇ ਦੇਖਿਓ ਹੁਣ ਪੰਜਾਬੀ ਬੋਲ ਕੇ ਪੱਗ ਬੰਨ ਕੇ ਪੰਜਾਬੀ ਵੀ ਬੋਲਿਆ ਕਰ ਗੋ ਤੇਜ ਚੀਜ਼ ਹੈ ਕਿ ਪੂਰੀ ਐਨ ਜਿਤਨਾ ਤੇਜ ਮਿਰਚੀ ਨਹੀਂ ਦੇ ਕੇ ਨੀਕੀ ਜੀ ਮਿਰਚ ਹੁੰਦੀ ਪਰ ਤੇਜ ਬਹੁਤ ਹੁੰਦੀ ਹੈ ਉਹ ਵਾਏ ਜਣੀ ਕੰਨਾਥਾਣੀ ਧੂਆਂ ਕੱਢ ਦਿੰਦੀ ਹੈ ਉਹ ਵਾਏ ਕੇਜਰੀਵਾਲ ਇਹਨਾਂ ਨੇ ਹੁਣ ਬੂਰਾ ਰੌਲਾ ਪਾਇਆ ਕਿ ਜੀ ਪ੍ਰਾਣੇ 20 ਸਾਲ 25 ਸਾਲ ਦੀ ਸਰਕਾਰਾਂ ਨੇ ਇਹ ਪੈਦਾ ਕੀ ਹੈ ਇਹ ਇਸ ਲਈਏ ਇਸ ਲਈਏ ਬਚੇ ਰਹੇ ਜੇ ਕੇਜਰੀਵਾਲ ਜੀ ਕਹਿ ਰਹੇ ਆਪਣੀ ਵਾਹ ਪ੍ਰੈਸ ਕਾਨਫਰੰਸ ਮੇ क्योंकि जो पुरानी सरकारें थी उन्होंने इनको पाल रखा था इनके माई बाप सरकारों में बैठे थे पकड़े जाते थे वो फोन करते थे पॉलिटिकल लोग इनको छोड़ दो ये हमारे गुर्गे हैं ये हमारे आदमी इसलिए नहीं अब नहीं है कोई अब देखना इनकी हालत क्या बनती है हम इसको बिल्कुल जड़ से मका देंगे ये मका दिया वो मका दिया लॉड ऑर्डर बिल्कुल ठीक हो जाएगा अभी है कहता 130 हमने गैंगस्टर पकड़े कहा भी एक सौ तीस आपके पास लिस्ट आई है लिस्ट तो ना कौन से एक सौ तो तीस पकड़े हैं एक सौ तीस मर्डर तो जरूर हो गए कौन से एक सौ तीस गैंगस्टर पकड़े हैं अभी जानी शरिया दिन, दिन झूठ बोल के ये चले जाते हैं ये लोग जैसे पहले मजीठिया के बारे में बोला था उस वक्त वो तो ज्यादा जरूरत से बोला था वो पकड़े गए इस तरीके से वही चीज बोलो जो आप सब कर सकते हैं आप जिम्मेवार आदमी हैं तो ये लो, लोगों ने जो लगातार लॉ एंड ऑर्डर की बात छेड़ी है उसके जवाब में वो बोल रहा था कि अब हम इनकी जड़ खत्म कर देंगे कहीं ये नहीं मिलेंगे ਪ੍ਰੋਫੈਸਰ ਇੱਥੇ ਇੱਕ ਹੋਰ ਗੱਲ ਮੈਂ ਉਹਨਾਂ ਦੀ ਸੁਣੀ ਕਿ ਜਦੋਂ ਕਹਿੰਦੇ ਗੈਂਗਸਟਰਵਾਦ ਅਸੀਂ ਖਤਮ ਕਰ ਦੇਣਾ ਹੈ ਉਹਨਾਂ ਦੇ ਬਾਪੂਨਾਤ ਕੋਣ ਪਾਏਗਾ ਸਾਫ਼ ਸ਼ਬਦਾਂ ਚ ਕਹਿ ਰਹੇ ਸੀ ਕਿ ਉਹਨਾਂ ਦੇ ਬਾਪ ਜਿਹੜੇ ਨੇ ਉਤੋਂ ਸਪੋਰਟ ਕਰਦੇ ਸੀ ਫਿਰ ਉਹਨਾਂ ਦੇ ਬਾਪ ਕਿਉਂ ਨਹੀਂ ਦੱਸਦੇ ਵੀ ਕਿਹੜੇ ਨੇ ਦੂਜੀ ਗੱਲ ਇਹਨਾਂ ਨੇ ਕੀਤੀ ਮੌੜ ਬੰਬ ਧਮਾਕੇ ਦੀ ਉਹਦੇ ਤੇ ਇਹ ਨਹੀਂ ਕਿਹਾ ਕਿ ਅਸੀਂ ਉਹਨੂੰ ਵੀ ਬੇਪਰਦ ਕਰਾਂਗੇ ਇਹ ਕਹਿ ਦਿੱਤਾ ਕਿ ਮੌੜ ਬੰਬ ਬਲਾਸਟ ਹੋਇਆ ਸੀ ਦੇਖੋ ਸਾਡੀ ਪਿਛਲੀਆਂ ਚੋਣਾ ਦੇ ਵੇਲੇ 2000 ਮੇਰੇ ਖਿਆਲ ਚ 17 ਤੋਂ ਪਹਿਲਾਂ ਜਿਹੜੀਆਂ 12 ਦੀਆਂ ਚੋਣਾ 17 ਦੀਆਂ ਚੋਣਾਂ ਦੇ ਵਿੱਚ ਸ਼ਾਇਦ ਹਾਂ 17 ਦੀਆਂ ਚੋਣਾਂ ਦੇ ਵਿੱਚ ਮੋਰਬੰਮ ਬਲਾਸਟ ਹੋਇਆ ਸੀਗਾ ਤੇ ਉਹਨੂੰ ਲੈ ਕੇ ਵੀ ਕਿਹਾ ਗਿਆ ਪਰ ਗੱਲ ਫੇਰ ਉੱਤੀ ਆ ਜਾਣੀ ਹੈ ਅਗਲੇ ਦਿਨਾਂ ਦੇ ਵਿੱਚ ਬੇਦਬੀ ਵਾਲੇ 3 ਮਹੀਨੇ ਪੂਰੇ ਹੋਣ ਜਾ ਰਹੇ ਨੇ ਜਿਹੜਾ ਇਹਨਾਂ ਨੇ ਕਿਹਾ ਸੀ ਭਰੋਸਾ ਦਿੱਤਾ ਸੀ ਕਿ 3 ਮਹੀਨਿਆਂ ਤੋਂ ਬਾਅਦ ਅਸੀਂ 3 ਮਹੀਨੇ ਦੇ ਵਿੱਚ ਵਿੱਚ ਕਾਰਵਾਈ ਕਰਾਂਗੇ 2 ਮਹੀਨਿਆਂ ਦਾ ਹਿਸਾਬ ਤਾਂ ਉੱਥੇ ਜਾ ਕੇ ਵੀ ਤਾਂ ਅਗਲੇ ਦਿਨ ਉਹ ਵੀ ਆ ਰਹੇ ਨੇ ਮੋਰਬੰਮ ਧਮਾਕੇ ਵਾਲੇ ਵੀ ਢੀਕਦੇ ਨੇ ਕਿ ਕਦੋਂ ਇਹ ਜਾਂਚ ਜਿਹੜੀ ਹੈ ਡੇਰਾ ਸਿਰਸਾ ਦੀਆਂ ਬਰੂਹਾਂ ਤੇ ਜਾ ਕੇ ਵਾਪਸ ਫੇਰ ਮੁੜੇਗੀ ਕਿਉਂਕਿ ਹੁੰਦਾ ਤਾਂ ਫੇਰ ਉਹੀ ਕੁਝ ਹੈ ਦੇਖੋ ਉਹਨੇ ਐਵੇਂ ਆਪਣੇ ਆਪ ਨੂੰ ਨਾ ਫੋਕਾ ਜਿਹਾ ਝੂਠਾ ਸਾਬਣ ਜਿਹੜਾ ਦੇਖ ਕੇ ਸਾਬਣ ਆਪਣੇ ਜਿਹੇ ਬੜੇ ਚਿੱਟੇ ਆ ਦੋ ਤੋਤੇ ਆ ਦੁੱਧ ਵਰਗੇ ਆ ਸਹਿਜ ਕੋਈ ਗੱਲ ਨਹੀਂ ਇਹ ਜਿਸ ਤਰ੍ਹਾਂ ਬਾਕੀ ਪੋਲਿਟਿਕਲ ਪਾਰਟੀਆਂ ਇਹ ਵੀ ਪੋਲਿਟਿਕਸ ਕਰ ਰਿਹਾ ਉਹਨਾਂ ਨਾਲੋਂ ਸਿੱਖੀ ਪੋਲਿਟਿਕਸ ਕਰ ਰਿਹਾ ਇੱਕ ਪੱਧਰ ਤੇ ਆਰਐਸਐਸ ਟਾਈਪ ਦੇਸ਼ ਭਗਤੀ ਦੀ ਪੋਲਿਟਿਕਸ ਕਰ ਰਿਹਾ ਦੇਸ਼ ਭਗਤੀ ਕੋਈ ਮਾੜੀ ਚੀਜ਼ ਨਹੀਂ ਮੈਂ ਦੇਸ਼ ਭਗਤੀ ਕੌਮਿਆਂ ਦੇ ਅੰਦਰ ਇਹ ਦੇਸ਼ ਭਗਤ ਨਹੀਂ ਹੈ ਇਹ ਸੱਤਾ ਭਗਤ ਹੈ ਸੱਤਾ ਨੂੰ ਪਿਆਰ ਕਰਦੇ ਸੱਤਾ ਨੂੰ ਪੂਜਾ ਕਰਦੇ ਸਵੇਰੇ ਸਵੇਰੇ ਜਿਹੜੀ ਧੂਪ ਜਗਾਉਂਦੇ ਆ ਤੇ ਘੰਟੀ ਵਜਾਉਂਦੇ ਆ ਹਏ ਰੱਬਾ ਹੁਣ ਮੈਂ ਚੀਫ ਮਿਨਿਸਟਰ ਆ ਹੁਣ ਮੇਰੀਆਂ ਦਸਾਂ ਥੂਬੀਆਂ 'ਚ ਸਰਕਾਰਾਂ ਬਣਾ ਦੇ ਮੈਨੂੰ ਪ੍ਰਧਾਨ ਮੰਤਰੀ ਬਣਾ ਦੇ ਮੈਨੂੰ ਯੂਨਾਈਟਿਡ ਨੇਸ਼ਨ ਦਾ ਜਨਰਲ ਫੈਕਟਰੀ ਲਗਾ ਦੇ ਇਹੋ ਜਿਹਿਆਂ ਜਿਹੜੀਆਂ ਸਵੇਰੇ ਸਵੇਰ ਭਗਤੀ ਪੂਜਾ ਇਹ ਕਰਦੇ ਆ ਹੋਰ ਇਹ ਕਿਤੇ ਉਸ ਕਿਸਮ ਦੇ ਕੋਈ ਦੁੱਧ ਤੋਤੇ ਭਗਤ ਸਾਧੂ ਬੰਦੇ ਨਹੀਂ ਹੈਗੇ ਬਿਲਕੁਲ ਦਾ ਪੇਚ ਵੀ ਉਹੀ ਕਿਸਮ ਦੇ ਹੈ ਇਹ ਸਾਨੂੰ ਰੋਜ਼ ਦੀ ਜਦੋਂ ਅਸੀਂ ਚਰਚਾ ਇਹਨਾਂ ਦੀ ਜਾਂ ਇਹਨਾਂ ਦੇ ਬਿਆਨਬਾਜ਼ੀ ਦੇਖਦੇ ਆ ਉਹੀ ਹੈਗਾ ਆ ਇਹ ਅਫਸੋਸ ਦੀ ਗੱਲ ਹੈ ਲੋਕ ਇਸ ਗੱਲ ਦਾ ਦੋ ਸਰਕਾਰਾਂ ਨੂੰ ਤੇ ਚੰਗਾ ਮੰਜੀ ਠੋਕ ਚੁੱਕੇ ਆ ਸੁਖਵਿੰਦਰ ਇਹਨਾਂ ਦੀ ਠੋਕ ਜਾਊਗੀ ਆ ਹੁਣੇ ਜਦੋਂ ਪ੍ਰਚਾਰ ਸੰਗਰੂਰ ਵਾਲੇ ਜਾ ਕੇ ਇੱਕ ਬੀਬੀ ਮੈਂ ਵੀਡੀਓ ਦੇਖ ਰਿਆ ਸੀਗਾ ਕਰ ਰਹੀ ਸੀ ਉਹ ਅਜੇ ਉਹਨੇ ਕਿਹਾ ਹੀ ਦੋ ਲਾਈਨਾਂ ਵੀ ਨਹੀਂ ਬੋਲੀਆਂ ਪੁਰਾਣੀ ਸਰਕਾਰਾਂ ਨੇ ਜੋ ਜੋ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਕੀਤਾ ਪੰਜਾਬੀ ਚ ਬੋਲ ਰਹੇ ਸੀ ਆਪਣੀ ਪੰਜਾਬੀ ਕੋਈ ਸੀਗੀ ਲੇਡੀ ਮੈਨੂੰ ਪਛਾਣ ਨਹੀਂ ਆਈ ਕਿ ਪੰਜਾਬ ਸਾਡੇ ਜਿਹੜੇ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਕੀਤਾ ਉਹਨਾਂ ਦੀ ਗੱਲਾ ਵਜ੍ਹਾ ਨਾਲ ਆ ਸਾਰਾ ਸਾਨੂੰ ਅੱਜ ਦਾ ਜੋ ਦੇਖਣਾ ਪੈ ਰਿਹਾ ਜਦੋਂ ਅੱਜ ਇਹ ਇੰਨੀ ਗੱਲ ਕਹੀ ਤੇ ਲੋਕ ਪੈ ਗਏ ਚੰਬੜ ਗਏ ਜਿਵੇਂ ਭੂੰਡ ਚੰਬੜਦੇ ਆ ਖੱਖਰ ਵੇ ਹੋਣ ਵਾਲੀ ਨੇ ਕੀ ਕੀਤਾ ਹੁਣ ਤੁਸੀਂ ਆ ਕੀਤਾ ਸੀ 1000 ਰੁਪਏ ਵਾਲੀ ਗੱਲ ਕਿੱਥੇ ਗਈ 300 ਯੂਨਿਟ ਕਿੱਥੇ ਗਏ ਤੁਸੀਂ ਆ ਵਾਅਦੇ ਕੀਤੇ ਸੀ ਆ ਕੁਝ ਹੋ ਗਿਆ ਸਿੱਧੂ ਮੂਸੇਵਾਲਾ ਲੋ ਪੈ ਗਿਆ ਰੌਲਾ ਉੱਥੇ ਉਹ ਬਥੇਰਾ ਜੋਰ ਲਾਇਆ ਕਿ ਬੀਬੀ ਦੀ ਗੱਲ ਤੇ ਸੁਣ ਲਓ ਬ ਗੱਲ ਸੁਣਨ ਤੋਂ ਬਾਅਦ ਜਿਹੜਾ ਸਵਾਲ ਕਰਨਾ ਕਰ ਲਿਓ ਸਾਨੂੰ ਲੋਕ ਲੋਕ ਪੜਕੇ ਹੀ ਇੰਨੇ ਸੀ ਕਿ ਵਿੱਚ ਰੌਲਾ ਰੱਪਾ ਪੈ ਕੇ ਮੈਨੂੰ ਲੱਗਦਾ ਮੀਟਿੰਗ ਤੇ ਹੋਈ ਨਹੀਂ ਹੁਣੀ ਇਹ ਹਾਲਤ ਪਹਿਲਾਂ ਹੀ ਜੇ ਜੁਮਾ ਜੁਮਾ 3 ਮਹੀਨੇ ਹੋਇਆ ਬਣਦੀ ਜਾ ਰਹੀ ਇਹ ਅਸੀਂ ਤੇ ਨਹੀਂ ਬਣਾ ਰਹੇ ਅਸੀਂ ਤੇ ਬੈਠੇ ਇੱਥੇ ਇੱਕ ਦੂਜੇ ਦੀ ਜੋ ਸੁਣਦੇ ਆਂ ਦੇਖਦੇ ਆ ਉਹਦੇ ਤੇ ਚਰਚਾ ਕਰਦੇ ਆ ਇਸ ਲਈ ਇਹ ਬਹੁਤੀ ਦੇਰ ਪਰਦੇ ਨਹੀਂ ਪੈਣੇ ਲੋਕਾਂ ਨੇ ਆਖਰ ਇਹ ਟੱਕਣ ਚਾਕੀ ਦੇਣਾ ਘੜੇ ਤੋਂ ਤੇ ਪਤਾ ਲੱਗ ਜਾਣਾ ਘੜੇ ਚ ਕਿੰਨਾ ਪਾਣੀ ਹੈਗਾ ਕਿੰਨਾ ਖਾਲੀ ਆ ਕਿੰਨਾ ਇਹ ਵੈਸੇ ਹੀ ਰੋਲਾ ਰੱਪਾ ਸੀਗਾ ਕਾਫੀ ਹੱਦ ਤੱਕ ਚੁੱਕਿਆ ਜਾ ਰਿਹਾ ਜੀ ਉਹਦਾ ਕਾਰਨ ਸਰਕਾਰ ਇਹ ਹੈ ਕਿ ਜਿਹੜੀ ਜਿਸ ਤਰ੍ਹਾਂ ਬਰਗਾੜੀ ਵਾਲਾ ਔਰ ਜਿਹੜਾ ਤੁਸੀਂ ਦੋਵੇਂ ਕੇਸ ਲਏ ਆ ਜਿੰਨਾ ਉਹ ਡਿਲੇ ਹੋਈ ਜਾਊਗਾ ਉਹ ਨਹੀਂ ਸਮਝ ਲੋ ਕਿ ਘੜੇ ਦੇ ਵਿੱਚ ਕੀ ਕੁਛ ਆ ਪਤਾ ਲੱਗ ਜਾਊਗਾ ਲੋਕ ਵੀ ਬੜਾ ਜਿਵੇਂ ਸਵਾਲ ਕਰਦੇ ਨੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੇ ਉਤੋਂ ਪਤਾ ਲੱਗਦਾ ਕਿ ਲੋਕ ਹੋਰ ਸੂਝਵਾਰ ਨੇ ਲੋਕ ਪੁੱਛਦੇ ਨੇ ਕਿ ਦੱਸੋ ਉਹਨਾਂ ਨੇ 70 ਸਾਲ ਚ ਜੋ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਕਿ ਅਸੀਂ ਕਰ ਦਿੱਤਾ ਅਸੀਂ ਜੇ ਉਹਨਾਂ ਨੇ ਗੰਦਗੀ ਫਲਾਈ ਅਸੀਂ ਸਾਫ਼ ਕਰ ਦਿੱਤੀ ਤੇ ਗਾਂ ਤੁਹਾਡੇ 70 ਸਾਲ ਹੋ ਜਾਣੇ ਜੀ ਕਿਤੇ حساب ਦੇਓਗੇ ਲੋਕਾਂ ਨੇ ਤਾਂ ਪੁੱਛੀ ਜਾਣਾ ਹੁਣ ਪ੍ਰੋਫੈਸਰ ਵੀ ਕੋਹਰ ਗੱਲ ਹੈ ਚੰਗੀ ਗੱਲ ਕੀਤੀ ਕਿ ਇਹਨਾਂ ਨੇ ਬਰਸਾਂ ਤੌਰ ਤੀਆਂ ਥੋੜੀ ਚੰਡੀ ਦਿਖਾਤੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਬਾਹਰ ਜਾਣਾ ਉਹਨਾਂ ਨੂੰ ਸਸਤਾ ਕਰਾਇਆ ਹੋ ਜਾਏਗਾ ਉਹ ਇੱਕ ਸੁੱਖ ਦਾ ਸਾਹ ਹੈ ਚਲੋ ਪੰਜਾਬ ਦੇ ਖਜ਼ਾਨੇ 'ਚ ਪੈਸਾ ਆਏਗਾ ਪਰ ਫੇਰ ਸਵਾਲ ਉੱਥੇ ਹੀ ਆ ਜਾਂਦਾ ਕਿ ਮੋਹਾਲੀ ਤੇ ਜਿਹੜਾ ਅੰਮ੍ਰਿਤਸਰ ਦਾ 에어ਪੋਰਟ ਹੈ ਉੱਥੋਂ ਇੰਟਰਨੈਸ਼ਨਲ ਫਲਾਈਟਾਂ ਕਿਉਂ ਨਹੀਂ ਚਲਾਉਂਦੇ ਕਿਉਂ ਦਿੱਲੀ ਵਾਲ ਨੂੰ ਪੰਜਾਬੀਆਂ ਨੂੰ ਪਹਿਲਾਂ ਉੱਥੇ ਉਤਰਨਾ ਪੈਂਦਾ ਫਿਰ ਵਾਧੂ ਦਾ ਖਰਚਾ ਲਾ ਕੇ ਇੱਧਰ ਨੂੰ ਆਉਂਦੇ ਨੇ ਇੱਥੋਂ ਉੱਧਰ ਪੁੱਛਦੇ ਨੇ ਇਰ ਉਹ ਉਸ ਰੂਟ ਤੇ ਵੀ ਧਿਆਨ ਦਿੱਤਾ ਜਾਵੇ ਨਾ ਕਿ ਅੰਤਰਰਾਸ਼ਟਰੀ ਫਲਾਈਟਾਂ ਉਠਾ ਲੈਣ ਕੇਂਦਰ ਸਰਕਾਰ ਦੇ ਅੱਗੇ ਮੁੱਦਾ ਹਾਂ ਬਿਲਕੁਲ ਇਹ ਤੇ ਦਿੱਲੀ ਚ ਬੈਠੇ ਆ ਨਾਲੇ ਤੇ ਭੱਜ ਕੇ ਜਦੋਂ ਲੋਡ ਪਵੇ ਅਮਿਤ ਸ਼ਾਹ ਨੂੰ ਵੀ ਮਿਲ ਲੈਂਦੇ ਏਅਰਪਲੇਨ ਮਨਿਸਟਰ ਵੀ ਉੱਥੇ ਆ ਗਿਆ ਫੱਡ ਦੇਣੀ ਇਹਨਾਂ ਦੇ ਤੇ ਗਵਾਂਡ ਚ ਹੀ ਆ ਨਾ ਸਾਰਾ ਕੁਝ ਤੇ ਨਾਲੇ ਕੋਈ ਇੰਨੀ ਕੋਈ ਦੁਸ਼ਮਣੀ ਵਾਲੀ ਗੱਲ ਬੀਜਪੀ ਨਾਲ ਹੈਗੀ ਨਹੀਂ ਤੇ ਉਹ ਆਪਣੇ ਜਿਹੜੇ ਰਿਸ਼ਤੇ ਹੈਗੇ ਅਸਰ ਰਸੂਖ ਹੈਗਾ ਦਿੱਲੀ ਦੇ ਵਿੱਚ ਉਹਦਾ ਫਾਇਦਾ ਉਠਾ ਕੇ ਇਨਨ ਵੀ ਗੱਲ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਇਹ ਦੋ 에어ਪੋਰਟ ਤੇ ਜਿਹੜੇ ਵਾਵਾ ਇਹ ਇੰਟਰਨੈਸ਼ਨਲ 에어ਪੋਰਟ ਅੱਗੇ ਟਿਕਲੇਰ ਹੈਗੇ ਇੱਥੋਂ ਫਲਾਈਟਾਂ ਜਾਣ ਤੇ ਕਾਫੀ ਕੰਮ ਜਿਹੜਾ ਬੱਸਾਂ ਵਾਲਾ ਉਹ ਲੋਕਾਂ ਦਾ ਹਲਕਾ ਹੋ ਸਕਦਾ ਜਾਣਾ ਹੀ ਕਿਉਂ ਖੱਜਲਖਵਾਰੀ ਹੋਣੀ ਕਿਉਂ ਤੇ ਆਪੇ ਜਿਹੜਾ ਟਰਾਂਸਪੋਰਟ ਪ੍ਰਾਈਵੇਟ ਵਾਲੇ ਜਿਹੜੇ 마ਫੀਆ 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 ਕਰਦੇ ਸੀਗੇ ਉਹ ਫਿਰ ਉਧਰ ਨੂੰ ਧਿਆਨ ਘਟ ਜਾਊਗਾ ਜਿਨ੍ਹਾਂ ਨੇ ਵਾਕਿਆ ਹੀ ਜਿਨ੍ਹਾਂ ਦੀਆਂ ਫਲਾਈਟਾਂ ਇੱਥੋਂ ਨਹੀਂ ਜਾਣਗੀਆਂ ਉਹੋ ਹੀ ਦਿੱਲੀ ਦਿੱਲੀ ਨੂੰ ਉਨਾ ਬਸਾਰਾ ਨਹੀਂ ਜਾਣਗੇ ਬਾਕੀ ਬਹੁਤੀਆਂ ਫਲਾਈਟਾਂ ਇਥੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਉਹ ਅੱਗੇ ਵੀ ਸੀਗੀਆਂ ਹੁਣ ਉਸ ਦੇ ਵੱਲ ਧਿਆਨ ਦੇਣ ਦੀ ਲੋੜ ਹੈਗੀ ਆਪਣੇ ਵੱਲੋਂ ਤਾਂ ਇਹ ਬੜਾ ਜ਼ੋਰ ਲਾ ਰਹੇ ਨੇ ਕਿ ਅਸੀਂ ਰੋਜ਼ਗਾਰ ਵੀ ਪੈਦਾ ਕਰ ਰਹੇ ਹਾਂ ਪਰ ਅਖਬਾਰ ਦੇ ਵਿੱਚ ਇੱਕ ਰਿਪੋਰਟ ਤੁਸੀਂ ਪੜ੍ਹੀ ਹੋਣੀ ਕਿ ਪੰਜਾਬ ਪੀ ਦੇ ਲਈ ਹਿਮਾਚਲ ਦੇ ਵਿੱਚ ਉੱਥੇ ਜਾ ਕੇ ਜਿਹੜਾ ਰੋਜ਼ਗਾਰ ਦਫ਼ਤਰ ਹੈ ਉੱਥੋਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਗੱਲ ਉੱਤੀ ਕਿ ਜੇ ਅਸੀਂ ਇੱਕ ਸੂਈ ਜਿੰਨੀ ਜ਼ਮੀਨ ਜਿਹੜੀ ਹੈ ਉਹ ਉੱਥੇ हिमाचल ਦੇ ਵਿੱਚ ਪਰ ਹਿਮਾਚਲ ਵਾਲੇ ਇੱਥੇ ਆ ਕੇ ਨੌਕਰੀ ਕਰ ਸਕਦੇ ਨੇ ਇਹ ਗੱਲ ਠੀਕ ਹੈ ਉੱਥੇ ਕੋਈ ਜ਼ਮੀਨ ਵੀ ਨਹੀਂ ਖਰੀਦ ਸਕਦੇ ਤੁਸੀਂ ਤੁਹਾਨੂੰ ਪਤਾ ਹੀ ਹੈ ਖਾਸ ਖੇਤੀ ਵਾਲੀ ਜ਼ਮੀਨ ਸ਼ਹਿਰਾਂ ਦੇ ਵਿੱਚ ਕੋਈ ਪ੍ਰੋਸੀਜਰ ਹੈਗਾ ਕਿ ਪਲਾਟ ਤੁਸੀਂ ਖਰੀਦ ਸਕਦੇ ਹੈਗੇ ਇਹ ਹੋਰ ਵੀ ਨਾਰਥ-ਈਸਟ ਵਿੱਚ ਕਈਆਂ ਸੂਬਿਆਂ ਦੇ ਵਿੱਚ ਹੈਗਾ ਇੱਕ ਇਕੋਲੋਜੀਕਲ ਜ਼ੋਨ ਕਰਕੇ ਵੀ ਵਾਤਾਵਰਨ ਜਿਹੜਾ ਉੱਥੇ ਦਾ ਸਾਰਾ ਪਹਾੜੀ ਏਰੀਆ ਜੇ ਬਾਰੋਂ ਵੱਡੇ ਲੋਕ ਆ ਜਾਣਗੇ ਸਾਰਾ ਉਹ ਸਿਸਟਮ ਜਿਹੜਾ ਉਹਦਾ ਇੱਕ ਨਾਰਥ-ਈਸਟ ਵੀ ਇਸੇ ਕਰਕੇ ਹੈਗਾ ਪਰ ਇਹ ਗੱਲ ਇਹਦੇ ਉਲਟ ਅਸੀਂ ਕਿਹੜੇ ਰੱਬ ਦੇ ਮਾਹ ਮਾਰੇ ਹੋਏ ਆ ਸਾਡਾ ਵੀ ਪੰਜਾਬ ਇੰਨਾ ਸੀਗਾ ਜੋ ਜਿੱਧਰ ਜਿੱਧਰੋਂ ਮਾਰਦੀ ਚੱਕੀ ਤੁਰੇ ਜਾਂਦੇ ਆ ਅੱਜ ਹਾਲਾਤ ਜਿਹੜੀ ਸਾਡੇ ਸਾਹਮਣੇ ਦੇਖ ਲਓ ਕਿ ਜੋ ਤੁਸੀਂ ਕਦੀ ਫਲਾਨੀ ਪੂਜਾ ਟਮਕਾਣੇ ਤਿਹਾਰ ਨਵੇਂ ਤੋਂ ਨਵੇਂ ਤਿਹਾਰ ਦੇਖਣ ਨੂੰ ਸਾਰਾ ਇੰਡੀਆ ਸਾਨੂੰ ਇੱਕ ਦਿਨ 'ਚ ਮੈਨੂੰ ਲੱਗਦਾ ਆਉਣ ਵਾਲੇ 10 ਸਾਲਾਂ 'ਚ ਸਾਰੇ ਇੰਡੀਆ ਦੇ ਤਿਹਾਰ ਤੁਹਾਨੂੰ ਇੱਥੇ ਦੇਖਣ ਨੂੰ ਮਿਲਿਆ ਕਰਨਗੇ ਕਿਉਂਕਿ ਸਾਰੇ ਇੰਡੀਆ ਦੇ ਲੋਕ ਸਾਊਥ ਨੂੰ ਛੱਡ ਲਓ ਬਾਕੀ ਕਾਫੀ ਵੱਡੀ ਗਿਣਤੀ 'ਚ ਨਾਰਥ ਤੋਂ ਨ ਪਛਮੀ ਬੰਗਾਲ ਤੱਕ ਪੰਜਾਬ ਚ ਆ ਕੇ ਲੋਕ ਕੰਮ ਕਰਦੇ ਆ ਤੇ ਨਾਲ ਉਹ ਆਪਣਾ ਸੱਭਿਆਚਾਰ ਸੰਸਕਾਰ ਵੀ ਲੈ ਕੇ ਆਉਂਦੇ ਆ ਉਹ ਜਿਹੜੇ ਮੇਲੇ ਸਾਰਾ ਕੁਝ ਕਰਨਾ ਮੈਨੂੰ ਕੋਈ ਉਹਨਾਂ ਦੀ ਵਿਰੋਧਤਾ ਨਹੀਂ ਹੈਗੀ ਪਰ ਤੁਸੀਂ ਪੰਜਾਬੀ ਸੱਭਿਆਚਾਰ ਪੰਜਾਬੀਅਤ ਪੰਜਾਬੀ ਦਾ ਇਤਿਹਾਸ ਪੰਜਾਬੀ ਭਾਸ਼ਾ ਇਹ ਕਿਵੇਂ ਬਚਾਓਗੇ ਜੇ ਤੁਸੀਂ ਸਾਰਾ ਕੁਝ ਜੀ ਬਿਲਕੁਲ ਹੀ ਗੇਟ ਖੋਲ ਛੱਡੋਗੇ ਤਾਂ ਥੋੜਾ ਜਿਹਾ ਹਰ ਇੱਕ ਚੀਜ਼ ਨੂੰ ਰੈਗੂਲੇਟ ਕਰਨ ਦੀ ਲੋੜ ਹੈਗੀ ਆ ਜਿਹਦਾ ਜਿੱਥੇ ਬਣਦਾ ਜੇ ਤੁਹਾਡੇ ਆਪਣੇ ਮੁੰਡੇ ਥਰੇ ਫਿਰਦੇ ਆ ਉਨਨ ਨੂੰ ਕੰਮ ਨਹੀਂ ਮਿਲਦਾ ਹੋਰ ਆ ਕੇ ਕੰਮ ਲੈ ਜਾਣਗੇ ਮੈਂ ਕੋਈ ਉਹ ਕਮਿਊਨਲ ਦੇ ਐਂਗਲ ਤੋਂ ਨਹੀਂ ਕਹਿੰਦਾ ਪਰ ਤੁਹਾਡੇ ਇੱਕ ਸਰਵਾਈਵਲ ਦਾ ਸਵਾਲ ਤੇ ਬਣਦਾ ਹੀ ਹੈ ਨਾ ਇੱਥੇ ਉਸ ਪੱਖ ਤੋਂ ਕੋਈ ਨਾ ਕੋਈ ਪਾਲਿਸੀ ਜ਼ਰੂਰ ਹੋਣੀ ਚਾਹੀਦੀ ਖੱਟੜ ਨੇ ਪਿੱਛੇ ਜੇ ਇੱਕ ਬਿਆਨ ਦਿੱਤਾ ਸੀਗਾ ਕਿ ਸਾਡੀਆਂ ਪ੍ਰਾਈਵੇਟ ਫਰਮਾਂ ਦੇ ਵਿੱਚ ਵੀ ਅਸੀਂ 75% 70 75% ਹਰਿਆਣਵੀ ਬੱਚੇ ਜਾਂ ਹਰਿਆਣਵੀ ਲੋਕ ਕੰਮ ਕਰਨਗੇ ਬਾਅਦ ਵਿੱਚ ਉਹਨਾਂ ਨੇ ਕੋਰਟ ਨੇ ਉਸ ਨੂੰ ਨਾ ਮਨਜ਼ੂਰ ਕਰਤਾ ਔਰ ਡ੍ਰੌਪ ਹੋ ਗਿਆ ਕੋਰਟ ਦੇ ਜਾ ਕੇ ਹੁਣ ਮੈਨੂੰ ਲੱਗਦਾ ਇਹੋ ਜੀ ਗੱਲ ਹੈ ਜਦ ਤੱਕ ਕੋਰਟ ਦੁਬਾਰਾ ਉਹ ਕੋਈ ਗੱਲ ਜਿਹੜਾ ਇਹ ਦਿੱਕਤ ਆ ਗਈ ਕੋਰਟ ਵੱਲੋਂ ਲੀਗਲ ਅਡਿਚਣਾਈ ਨਹੀਂ ਹੁੰਦੀ ਇਹੋ ਜੀ ਗੱਲ ਹੋ ਨਹੀਂ ਸਕਦੀ ਇਸ ਲਈ ਪਰ ਕੁਝ ਸੂਬਿਆਂ ਨੇ ਇਸ ਗੱਲ ਦੀ ਆਪਣੀ ਅਮਿਊਨਿਟੀ ਬਣਾਈ ਹੋਈ ਹੈ ਨਾਰਥ-ਈਸਟ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਇਸੇ ਤਰੀਕੇ ਨਾਲ ਹਿਮਾਚਲ ਵਿੱਚ ਵੀ ਹੋਰ ਵੀ ਕਈ ਸੂਬਿਆਂ ਵਿੱਚ ਹੋ ਵੀ ਜਿਹੜੀ ਸਾਡੀ ਨੌਲੇਜ ਦੇ ਵਿੱਚ ਨਹੀਂ ਹੈ ਇਹ ਫੈਕਟਰੀ ਜਿਹੜੀ ਹੈ ਇਹ ਵੀ ਦੱਸ ਦਿਆਂ ਮੈਂ ਦਰਸ਼ਕਾਂ ਨੂੰ ਕਿ ਇਹ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੀ ਕੋਈ ਫੈਕਟਰੀ ਹੈ ਪ੍ਰਾਈਵੇਟ ਫੈਕਟਰੀ ਆ ਕੋਈ ਵੈਲਡਰ ਵਗੈਰਾ ਆਈਟੀਆਈ ਜਿਨ੍ਹਾਂ ਨੇ ਕੀਤੀ ਹੋਵੇ ਉਹ ਉਹਦੇ ਲੋਕ ਚਾਹੀਦੇ ਸੀ ਪਰ ਤੇ ਪੰਜਾਬ ਚ ਬਹੁਤ ਤੁਰੇ ਫਿਰਦੇ ਆਈਟੀਆਈਸ ਵੀ ਬਹੁਤ ਖੁੱਲੀਆਂ ਨੇ ਬਹੁਤ ਤੁਰੇ ਫਿਰਦੇ ਵਿਚਾਰੇ ਜਿਹੜੇ ਨਿਕਸ ਕਰਕੇ ਉੱਥੋਂ ਹੱਥ ਦਸਤੀ ਤੇ ਮੁੜ ਕੇ ਫੇਰ ਹੋਈ ਸੜਕਾਂ ਤੇ ਆਏ ਫਿਰਦੇ ਨੇ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਆ ਪ੍ਰੋਫੈਸਰ ਸਾਹਿਬ ਅਗਲੀ ਗੱਲ ਜਿਹੜੀ ਹੈ ਮੈਂ ਗੱਲ ਨੂੰ ਫੈਡਰਲਿਜ਼ਮ ਦੀ ਕਰਨ ਲੱਗਿਆ ਕਿ ਇਹਨੂੰ ਮੁੱਦਾ ਨਹੀਂ ਬਣਾਇਆ ਜਾ ਰਿਹਾ ਪੰਜਾਬ ਦੇ ਹੱਕਾਂ ਨੂੰ ਲੈ ਕੇ ਮਮਤਾ ਬਿਨਰਜੀ ਇਸ ਗੱਲ ਦੇ ਵਿੱਚ ਅੱਗੇ ਲੱਗ ਚੁੱਕੇ ਨੇ ਉਹਨਾਂ ਨੇ ਰਾਜਪਾਲ ਦੇ ਕੋਲੋਂ ਸਾਰੇ ਉਹ ਅਧਿਕਾਰ ਕੋਲ ਲਏ ਕਿ ਯੂਨੀਵਰਸਿਟੀਆਂ ਦੇ ਚਾਂਸਲਰ ਰਹਿਣਾ ਪਹਿਲਾਂ ਵੀ ਕਈ ਸੂਬਿਆਂ ਨੇ ਕੀਤਾ ਪਰ ਮਮਤਾ ਬਿਨਰਜੀ ਦੇ ਕਰਨ ਦੇ ਨਾਲ ਹੁਣ ਪੰਜਾਬ 'ਚ ਵੀ ਆਵਾਜ਼ ਉੱਠਣ ਲੱਗ ਗਈ ਹੈ ਕਿ ਤੁਹਾਡੀ ਚੰਡੀਗੜ੍ਹ ਯੂਨੀਵਰਸਿਟੀ ਚੱਲੀ ਤੁਹਾਡੇ ਉੱਤੇ ਤੁਸੀਂ ਉਹਦੇ ਉੱਤੇ ਕੀ ਕੀਤਾ ਤੁਸੀਂ ਫੈਡਰਲਿਜ਼ਮ ਦੇ ਮੁੱਦੇ ਉੱਤੇ ਤੁਸੀਂ ਕਹਿੰਦੇ ਹੋ ਸੀ ਕੇਂਦਰ ਦੇ ਨਾਲ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਤੇ ਨਾਲ ਨਾਲ ਚੱਲਾਂਗੇ ਕੋਈ ਉਹ ਨਹੀਂ ਪਰ ਫਿਰ ਤੁਸੀਂ ਇਹ ਮੁੱਦੇ ਕਿਉਂ ਨਹੀਂ ਚੱਕਦੇ ਉੱਥੇ ਜਾ ਕੇ ਜਾਂ ਫਿਰ ਤੁਸੀਂ ਵਿਧਾਨ ਸਭਾ ਦੇ ਵਿੱਚ ਕੋਈ ਇਹੋ ਜਿਹਾ ਕਾਨੂੰਨ ਪਾਸ ਕਰੋ ਠੀਕ ਹੈ ਇਹ ਗੱਲ ਦੇਖੋ ਗੱਲ ਇਹ ਹੈ ਕਿ ਜਿਹੜੇ ਗਵਰਨਰ ਆ ਉਹ ਜਿਹੜੀ ਵੀ ਸੈਂਟਰ ਦੀ ਸਰਕਾਰ ਹੁੰਦੀ ਆ ਉਹਦੀ ਨੁਮਾਇੰਦਗੀ ਕਰਦੇ ਆ ਇੱਕ ਕਿਸਮ ਦਾ ਉਹ ਫਰਸਟ ਹੈਂਡ ਇਨਫੋਰਮੇਸ਼ਨ ਸੂਬੇ 'ਚ ਕੀ ਕੁਝ ਹੋ ਰਿਹਾ ਕਿਉਂਕਿ ਉਹਦੀ ਸੰਵਿਧਾਨਿਕ ਪੋਜੀਸ਼ਨ ਇਹੋ ਜੀ ਅੰਗਰੇਜ਼ਾਂ ਨੇ ਸਿਸਟਮ ਬਣਾਇਆ ਇਹੋ ਜਿਹਾ ਸੀ ਕਿ ਸੂਬੇ ਕਿਤੇ ਆਜ਼ਾਦਾਨਾ ਤੌਰ ਤੇ ਨਾ ਹੋ ਜਾਣ ਉਨਨ উইਥ ਹੁੰਦੀ ਪਲ-ਪਲ ਦੀ ਰਿਪੋਰਟ ਸਰਕਾਰ ਦੇ ਅੰਦਰ ਬਾਹਰ ਕੀ ਹੋ ਰਿਹਾ ਉਹ ਬਾਕੀ ਇੰਟੈਲੀਜੈਂਸ ਵਿੰਗ ਤੇ ਹੁੰਦੀ ਆ ਭੀ ਗਵਰਨਰ ਦੇ ਰਾਏ ਵੀ ਪਹੁੰਚਦੀ ਰਹੇ ਹੁਣ ਇਹ ਜਦੋਂ ਫੈਡਰਲਿਜ਼ਮ ਦੀ ਗੱਲ ਆਉਣੀ ਆ ਤੇ ਇਹ ਉਹਦੇ ਤੇ ਅਗੇਂਸ ਹੈਗਾ ਇਹ ਦਿੱਲੀ ਕਿਉਂ ਲਾਵੇ ਇਹ ਗੱਲਾਂ ਵੀ ਚੱਲਦੀਆਂ ਕਿ ਗਵਰਨਰ ਜਿਵੇਂ ਬਾਕੀ ਸਾਰੀਆਂ ਸੰਵਿਧਾਨਿਕ ਉਦੇ ਜਿਹੜੇ ਆ ਜਿਦਾਂ ਚੀਫ ਮਿਨਿਸਟਰ ਹੋਰ ਮਿਨਿਸਟਰ ਚੁਣ ਕੇ ਆਉਂਦੇ ਆ ਭੀ ਇਨ੍ਹਾਂ ਦੀਆਂ ਵੀ ਕਾਂਸਟਿਟਿਊਐਂਸੀਜ਼ ਬਣਾਤੀਆਂ ਜਾਣ ਜਿਹੜੀਆਂ ਚੁਣ ਕੇ ਇਨਾਂ ਨੂੰ ਕਾਰਨ ਇਹ ਨਾਮਿਨੇਟ ਸੈਂਟਰ ਦੀਆਂ ਸਰਕਾਰਾਂ ਵੱਲੋਂ ਨਾ ਹੁਣ ਆਪਾਂ ਐਮਪੀ ਜਿਹੜੇ ਰਾਜ ਸਭਾ ਦੇ ਮੈਂਬਰ ਚੁਣਦੇ ਆ ਜਾਂ ਰਾਸ਼ਟਰਪਤੀ ਚੁਣਦੇ ਆ ਗਵਰਨਰ ਕਿਉਂ ਨਾ ਚੁਣਿਆ ਜਾਵੇ ਇਹਦਾ ਕੋਈ ਤਰੀਕਾ ਇਹੋ ਜਿਹਾ ਕੱਢ ਕੇ ਉਸ ਸੂਬੇ ਦੇ ਲੋਕ ਜਾਂ ਉਸ ਨੂੰ ਆਪਣਾ ਇਸ ਨੂੰ ਹੈਡਲੋਨ ਪੁਰਾਣਾ ਸਿਸਟਮ ਜਿਹੜਾ ਇਹ ਬੰਦ ਹੋਣਾ ਚਾਹੀਦਾ ਜਿਹੜੇ ਇੱਥੇ ਬੈਠੇ ਨਾਲ ਦੇ ਦਿੱਲੀ ਦੇ ਨੂੰ ਰਿਪੋਰਟਾਂ ਕਰਦੇ ਆ ਤੇ ਕੁਦਰਤੀ ਹੈ ਕਿ ਉਹ ਜਿਹੜੀ ਸਾਰੀ ਗੱਲ ਹੈ ਜਿਹੜੀ ਸੂਬੇ ਦੇ ਆਪਣੀ ਆਟੋਨਮੀ ਆ ਆਪਣੀ ਪ੍ਰਾਈਵੇਸੀ ਆ ਜਾਂ ਆਪਣੀ ਇੰਟਰਨਲ ਕੋਈ ਵੀ ਪੋਲਿਟਿਕਸ ਆ ਉਹਦੇ ਤੇ ਇਹ ਅੰਕ ਕੁਛ ਲਾਉਂਦੇ ਆ ਉਹਦੇ ਤੇ ਇੱਕ ਕਿਸਮ ਦੇ ਭਾਰੀ ਪੈਂਦੀ ਹੈ ਬੜੀ ਪ੍ਰਾਣੀ ਚਰਚਾ ਹੈਗੀ ਆ ਰਹੀ ਗੱਲ ਜਿਹੜੀ ਮਮਤਾ ਨੇ ਕੀਤੀ ਉਹ ਠੀਕ ਕੀਤਾ ਕਿ ਜਦ ਤੁਸੀਂ ਹਰ ਗੱਲ ਦਾ ਪੰਗਾ ਹੀ ਲੈਣਾ ਸੂਬੇ ਦੀ ਸਰਕਾਰ ਨਾਲ ਉਹਨੇ ਕਿਹਾ ਚੱਕੋ ਪਰ ਸਾਡੀਆਂ ਯੂਨੀਵਰਸਿਟੀਆਂ ਅਸੀਂ ਚਾਂਸਲਰ ਆਪ ਆਪਣਾ ਲਾ ਲਾਂਗੇ ਕੈਲੰਡਰ ਸਟੇਟ ਦੀ ਨਹੀਂ ਸਟੇਟ ਦੀ ਅਸੈਂਬਲੀ ਨਹੀਂ ਕੈਲੰਡਰ ਬਦਲਦੇ ਆ ਉਹਨਾਂ ਨੇ ਪਾਸ ਕੀਤੇ ਹੁੰਦੇ ਆ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਥੋੜਾ ਜਿਹਾ ਅਲੱਗ ਹੈ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਆ ਉਹ ਪਹਿਲਾਂ ਹੀ ਸੈਂਟਰ ਦੇ ਪਾਰਲੀਮੈਂਟ ਵੱਲੋਂ ਪਾਸ ਹੋਈ ਹੈ ਤੇ ਸੈਂਟਰ ਦਾ ਉਹਦਾ ਕੈਲੰਡਰ ਸੈਂਟਰ ਨੇ ਬਾਤ ਕੀਤਾ ਹੋਇਆ ਇਸ ਕਰਕੇ ਆਪਾਂ ਉਹ ਤੇ ਨਹੀਂ ਪੰਜਾਬ ਯੂਨੀਵਰਸਿਟੀ ਦੇ ਕੰਟੈਕਸਟ ਵਿੱਚ ਕਰ ਸਕਦੇ ਪਰ ਪਰ ਜੇ ਪੰਜਾਬ ਯੂਨੀਵਰਸਿਟੀ ਜੇ ਸਾਡੀ ਸੂਬੇ ਦੀ ਸਰਕਾਰ ਜਿਸ ਤਰ੍ਹਾਂ ਹੁਣ ਭਗਵੰਤ ਮਾਨ ਦੀ ਸਰਕਾਰ ਹੈ ਬੜੀ ਨਿਕਲਾਬੀ ਸਰਕਾਰ ਹੈ ਕੇਜਰੀਵਾਲ ਉਹਨਾਂ ਦੇ ਨਾਲ ਆ ਬੜਾ ਤੇਜ਼ ਤਰਾਰ ਪੋਲਿਟੀਸ਼ੀਅਨ ਹੈ ਕਿਉਂ ਨਹੀਂ ਕਰਦੇ ਕਿਉਂ ਨਹੀਂ ਬਿਆਨ ਦਿੰਦੇ ਉਥੇ ਕੇਜਰੀਵਾਲ ਆਪਣਾ ਜੰਤਰ ਮੰਤਰੀ ਇੱਕ ਦੋ ਧਰਨਾ ਦੇ ਦੇ ਇੱਕ ਦੋ ਰੈਲੀਆਂ ਕਰਦੇ ਜ਼ਰੂਰ ਕਰਨੀ ਚਾਹੀਦੀ ਹੈ ਇਹਦੇ ਹੱਕ ਵਿੱਚ ਕਿ ਜਿਹੜੀ ਇਹ ਯੂਨੀਵਰਸਿਟੀ ਹੈ ਇਹ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਸਾਡੀ ਉੱਥੇ ਸਰਕਾਰਾਂ ਸਾਨੂੰ ਨਮੋਸ਼ੀ ਹੁੰਦੀ ਹੈ ਸਾਡਾ ਬੂ ਕਾਲਾ ਹੁੰਦਾ ਇਹ ਗੱਲ ਕਹਿ ਕੇ ਉੱਥੇ ਨਾਲ ਭਗਵੰਤ ਮਾਨ ਵੱਲੋਂ ਐਮਐਲਏ 92 ਦੇ 92 ਲੈ ਜਾਣ ਉੱਥੇ ਦੇਣ ਤਰਨਾ ਹੈ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਕਰਦੇ ਨਹੀਂ ਕਰ ਰਹੇ ਕਿਉਂਕਿ ਇਹ ਉਸੇ ਏਜੰਡੇ ਤੇ ਚੱਲ ਰਹੇ ਆ ਜਿਹਦੇ ਤੇ ਏਜੰਡੇ ਤੇ ਬਾਕੀ ਸੋ ਕਾਲਡ ਰਾਸ਼ਟਰਵਾਦੀ ਤਾਕਤਾਂ ਚੱਲ ਰਹੀਆਂ ਉਹ ਸਿੱਧਾ ਸਿੱਧਾ ਭਖਵੇਂ ਕਰਨ ਦੇ ਨਾਂ ਤੇ ਚੱਲ ਰਹੀਆਂ ਇਹ ਸਿੱਧੇ ਢੰਗ ਦੇ ਉੱਤੇ ਆਪਣੇ ਢੰਗ ਨਾਲ ਇੱਕ ਬੀ ਟੀਮ ਦੇ ਜਾਂ ਪੈਰਲਲ ਲਿਖ ਨਵੀਂ ਰਾਜਨੀਤੀ ਲੈ ਕੇ ਤਿਰੰਗੇ ਮਾਰਚ ਇਹ ਮਾਰਚ ਉਹ ਮਾਰਚ ਉਹ ਸਾਰਾ ਉਸ ਪਾਸੇ ਦੀ ਇਹ ਵੀ ਜਿਹਨੂੰ ਕਹਿੰਦੇ ਥੋੜਾ ਸੌਫਟ ਪੈਡਲਿੰਗ ਕਰਕੇ ਉਧਰ ਨੂੰ ਜਾ ਰਹੇ ਆ ਇਹੋ ਜਿਹਾ ਜਿਹੜਾ ਮੁੱਦਾ ਫੈਡਰਲਿਜ਼ਮ ਦਾ ਹੁੰਦਾ ਉਹਦੇ ਤੇ ਮੂੰਹਾਂ ਚ ਮੂੰਹ ਚ ਘੁੰਗੜੀਆਂ ਪਹਿਲੇ ਦੇ ਇੱਕ ਮੰਤਰੀ ਨੇ ਉਹ ਵੀ ਜਦੋਂ ਬਹੁਤ ਰੌਲਾ ਪਿਆ 20000 ਨੇ ਜਾ ਕੇ ਫਿਰ ਬਿਆਨ ਮਾਰਾ ਮੋਟਾ ਦਿੱਤਾ ਵੀ ਨਹੀਂ ਨਹੀਂ ਇੰਜ ਨਹੀਂ ਹੋਊਗਾ ਅਸੀਂ ਪੰਜਾਬ ਯੂਨੀਵਰਸਿਟੀ ਨਹੀਂ ਪਰ ਉਹਦੇ ਲਈ ਪ੍ਰੈਕਟੀਕਲੀ ਕੀ ਕਰਦੇ ਆ ਤੁਸੀਂ ਤਰਾਤਲ ਤੇ ਕੀ ਕਰ ਰਹੇ ਹੋ ਤੁਹਾਡੇ ਕੋਲ ਸਰਕਾਰ ਆ ਤੁਸੀਂ ਲਿਆਓ ਸਾਰੀਆਂ ਵਿਰੋਧੀ ਪਾਰਟੀਆਂ ਕਰੋ ਉਹਨਾਂ ਦੀ ਮੀਟਿੰਗ ਉਹਨਾਂ ਨੂੰ ਖੋ ਕੇ ਅਸੀਂ ਇਹ ਰਿਜ਼ੋਲਵ ਹੈ ਸਾਡਾ ਅਸੀਂ ਜੇ ਨਾ ਹੋਇਆ ਚੰਡੀਗੜ੍ਹ ਸਾਡਾ ਆ ਪੰਜਾਬ ਯੂਨੀਵਰਸਿਟੀ ਸਾਡੀ ਆ ਅਸੀਂ ਬਿਲਕੁਲ ਸਾਡੀ ਪੰਜਾਬ ਦੀ ਅਸੈਂਬਲੀ ਮਤਾ ਪਾਸ ਕਰਦੀ ਹੈ ਸਰਪਾਰਟੀ ਮਤਾ ਪਾਸ ਕਰਦੀ ਹੈ ਜੇ ਭਾਜਪਾ ਨਹੀਂ ਕਰਦੀ ਤੇ ਬਾਹਰ ਰਹੇ ਬਾਕੀ ਸਾਰੀਆਂ ਪਾਰਟੀਆਂ ਮਤਾ ਪਾਸ ਕਰਦੀਆਂ ਆ ਕਿ ਅਸੀਂ ਪੰਜਾਬ ਯੂਨੀਵਰਸਿਟੀ ਪੰਜਾਬ ਚ ਰਹੂਗੀ ਕੋਈ ਸੈਂਟਰ ਇਹਦੇ ਚ ਹੱਥ ਨਹੀਂ ਲਾਤੇ ਚੰਡੀਗੜ੍ਹ ਵੀ ਪੰਜਾਬ ਦਾ ਕਰਨ ਇਕੱਠਾ ਮਤਾ ਪਾਸ ਕਰਨ ਜਿਹੜਾ ਕਹੂਗਾ ਚੰਡੀਗੜ੍ਹ ਪੰਜਾਬ ਦਾ ਨਹੀਂ ਆ ਕੋਈ ਜਿੰਨੇ ਜੇ ਕਰਨਾ ਹੋਵੇ ਜੇ ਤੁਸੀਂ ਪੋਲਿਟਿਕਸ ਹੀ ਕਰੀ ਜਾਣੀਆਂ ਮਤਲਬ ਜੇ ਝੋਟਾ ਮਰਜੂ ਤੇ ਚਮਜੂਆ ਵੀ ਮਰ ਜਾਂਦੀਆਂ ਜੇ ਚੰਡੀਗੜ੍ਹ ਪੰਜਾਬ ਨੂੰ ਚਲੇ ਜਾਂਦਾ ਤੇ ਨਾਲ ਵਿੱਚ ਯੂਨੀਵਰਸਿਟੀ ਵੀ ਚਲੇ ਜਾਊਗੀ ਉਹ ਤੇ ਉਹਦਾ ਹਿੱਸਾ ਹੀ ਹੈਗੀ ਆ ਨਾ ਯੂਨੀਅਨ ਟੈਰੀਟਰੀ ਇੱਥੇ ਹੀ ਹੈਗੀ ਤੇ ਚੰਡੀਗੜ੍ਹ ਦਾ ਹੀ ਮਾਮਲਾ ਕਿਉਂ ਨਹੀਂ ਸਰਪਾਰਟੀ ਬੈਠ ਕੇ ਕਰਦੇ ਇਹ ਬੜੀ ਇਨਕਲਾਬੀ ਹੁਣ ਪੰਜਾਬ ਦੀ ਹੇਤੂ ਇੱਕ ਨਵੀਂ ਇਥੇ ਪਾਰਟੀ ਆਈ ਹੈ ਤੇ ਠੀਕ ਹੈ ਅਸੀਂ ਅਕਾਲੀਆਂ ਨੂੰ ਵੀ ਗਾਲਾਂ ਕੱਢਦੇ ਆਂ ਕਾਂਗਰਸ ਨੂੰ ਵੀ ਕੱਢਦੇ ਆਂ ਕਾਂਗਰਸ ਤੇ ਹੈ ਹੀ ਚਲੋ ਉਸ ਕਿਸਮ ਦਾ ਕੇਂਦਰ ਤੋਂ ਚਲਦੀ ਸੀ ਅਕਾਲੀ ਤੇ ਕੇਂਦਰ ਤੋਂ ਨਹੀਂ ਸੀ ਚਲਦੇ ਪਰ ਉਹਨਾਂ ਨੇ ਕੇਂਦਰੀ ਪਾਰਟੀ ਨਾਲ ਪਿਆ ਪਿਆਲੀ ਪਾ ਕੇ ਉਸ ਕਿਸਮ ਦਾ ਆਪਣੇ ਜੋ ਬਦਨਾਮੀ ਖੱਟੀ ਉਹ ਅੱਜ ਉਹ ਪੁਗਤ ਰਹੇ ਆ ਪਰ ਇੰਨਾ ਦਾ ਤੇ ਇਹੋ ਜਿਹਾ ਕੁਝ ਨਹੀਂ ਹੈ ਇਹ ਤੇ ਜੁਮੇ ਜੁਮੇ ਸਭ ਤੋਂ ਵੱਡੀ ਪਾਰਟੀ ਇੱਥੇ ਹੀ ਆ ਪੰਜਾਬ ਦੇ ਅੰਦਰ ਹੀ ਆ ਤੇ ਇਹ ਕੇਜਰੀਵਾਲ ਨੂੰ ਕਹਿਣ ਐ ਨਾ ਵੇ ਕਿ ਕੇਜਰੀਵਾਲ ਤੁਹਾਨੂੰ ਨਚਾਈ ਜਾਵੇ ਤੁਸੀਂ ਹੀ ਕੇਜਰੀਵਾਲ ਨੂੰ ਦੱਸੋ ਕੇਜਰੀਵਾਲ ਦੀ ਲਗੜੀ ਦੀ ਛੋਟੀ ਜੀ ਸਰਕਾਰ ਆ ਉਹ ਤੁਹਾਡੇ ਤੇ ਕਿਵੇਂ ਹਾਵੀ ਹੁੰਦਾ ਭਾਈ ਕਿਵੇਂ ਜਾ ਕੇ ਤੁਹਾਨੂੰ ਡਿਕਟੇਟ ਕਰਦਾ ਤੁਸੀਂ 92 ਆ ਉਹ ਤਾਂ ਉਹ ਉੱਥੇ 62 ਹੈਗੇ ਆ ਤੁਸੀਂ 30 ਉਹਨਾਂ ਨਾਲੋਂ ਜ਼ਿਆਦਾ ਬੰਦੇ ਆ ਇੱਥੇ ਐਮਐਲਏ ਤੁਹਾਡੀ ਫੁੱਲ ਫਿਲੇ ਸਰਕਾਰ ਆ ਐਡਾ ਵੱਡਾ ਪੰਜਾਬ ਹੈਗਾ ਉਹ ਦਿੱਲੀ ਉੱਥੇ ਬੈਠੇ ਹੋਏ ਆ ਤੁਸੀਂ ਉਹਨਾਂ ਦੇ ਮਾਡਲ ਮੂਡਲ ਨੂੰ ਭੁੱਲ ਕੇ ਪੰਜਾਬ ਦੇ ਹਿੱਤਾਂ ਦੇ ਉੱਤੇ ਬੋਕ ਕੇ ਆਜੋ ਮੈਦਾਨ ਦੇ ਵਿੱਚ ਜੇ ਬਚਣਾ ਨਹੀਂ ਤੇ ਜੋ ਅੱਜ ਸੰਗਰੂਰ ਦੇ ਵਿੱਚ ਜਗ੍ਹਾ ਜਗ੍ਹਾ ਲੋਕ ਪੁੱਛ ਰਹੇ ਸਵਾਲ ਕਰ ਰਹੇ ਆ ਫਿਰ ਉਹੀ ਤੌਖਲੇ ਤੁਹਾਨੂੰ ਲੋਕਾਂ ਦੇ ਬਰਦਾਸ਼ਤ ਕਰਨੇ ਪੈਣਗੇ ਜਿਵੇਂ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਲੋਕ ਪੁੱਛਦੇ ਸੀ ਹੋਰ ਨਾ ਲੀਡਰਾਂ ਨੂੰ ਪਿਛਲੀਆਂ ਚੋਣਾਂ 'ਚ ਲੋਕ ਪੁੱਛਦੇ ਸੀ ਇੱਕ ਗੱਲ ਤਾਂ ਪੱਕੀ ਹੈ ਨਾ ਪ੍ਰੋਫੈਸਰ ਮੈਂ ਆਖਰੀ ਸਵਾਲ ਵੱਲ ਜਾਵਾਂ ਕਿ ਸਵਾਲ ਕਰਨੇ ਹੀ ਲੋਕਾਂ ਨੂੰ ਇਹਨਾਂ ਨੇ ਸਿਖਾਏ ਨਹੀਂ ਕਹਿੰਦੇ ਕਿ ਆਪ ਹੀ ਦੱਸ ਦੇਣ ਭਗਵਾਨ ਹੇਤੀ ਲੋਕਾਂ ਨੂੰ ਕਹਿੰਦੇ ਸੀ ਕਿ ਸਵਾਲ ਪੁੱਛਿਆ ਕਰੋ ਲੀਡਰਾਂ ਨੂੰ ਤੁਹਾਡੇ ਕੋਲੇ ਆਉਂਦੇ ਨੇ ਤੇ ਹੁਣ ਜਦੋਂ ਲੋਕ ਸਵਾਲ ਪੁੱਛਦੇ ਨੇ ਤਾਂ ਇਹ ਕਹਿੰਦੇ ਨੇ ਕਿ ਜੀ ਇਹ ਤਾਂ ਵਿਰੋਧੀ ਨੇ ਉਹੀ ਜਿਹੜੀ ਗੱਲ ਪਿਛਲੇ ਕਹਿੰਦੇ ਸੀ ਉਹੀ ਇਹ ਕਹਿਣ ਲੱਗੇ ਫਿਰ ਗੱਲ ਮੁੱਕਦੀ ਕਿੱਥੇ ਆ ਪੰਚਾਇਤੀ ਵਿਭਾਗ ਇਹਨਾਂ ਨੇ ਜਿਹੜੀਆਂ ਗ੍ਰਾਮ ਪੰਚਾਇਤਾਂ ਸੱਦੀਆਂ ਸੀ ਐਦਾਂ ਲੱਗਦਾ ਕਿ ਜਿਵੇਂ ਮੈਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਚਰਚਾ ਪੂਰੇ ਮੀਡੀਆ 'ਚ ਰਹੀ ਕਿਸੇ ਨੇ ਨਹੀਂ ਦਿਖਾਇਆ ਕਿ ਗ੍ਰਾਮ ਪੰਚਾਇਤਾਂ ਕਿਵੇਂ ਹੋਈਆਂ ਕੀ ਬਣਿਆ ਉਹਦੇ ਨਾਲ ਕੀ ਉਹਦੇ ਨਾਲ ਫਾਇਦਾ ਹੋਣਾ ਹੈ ਕੀ ਨੁਕਸਾਨ ਹੋਣਾ ਹੈ ਕੀ ਕਿਸਾਨਾਂ ਨਾਲ ਹੋਇਆ ਉਦੋਂ ਪਹਿਲਾਂ ਇੱਕ ਸੈਮੀਨਾਰ ਹੋ ਗਿਆ ਪੰਚਾਇਤ ਮੰਤਰੀ ਸਾਹਿਬ ਨੇ ਕੀਤਾ ਬੜੇ ਸਰਪੰਚ ਆਏ ਪਰ ਜਿਨ੍ਹਾਂ ਨੇ ਕੌਮੀ ਅਵਾਰਡ ਜਿੱਤੇ ਉਹ ਆਏ ਨਹੀਂ ਫਿਰ ਮੈਂ ਫਿਰ ਇੱਥੇ ਗੱਲ ਕਹਿ ਦਿਆਂ ਕਿ ਇਹ ਖਬਰਾਂ ਅਖਬਾਰਾਂ ਦੇ ਵਿੱਚ ਨੇ ਇਹ ਲੋਕ ਅਖਬਾਰਾਂ ਨੂੰ ਨਹੀਂ ਪੜ੍ਹਦੇ ਸੋਸ਼ਲ ਮੀਡੀਆ ਤੇ ਜੋ ਮਿਲਦਾ ਉਸੇ ਨੂੰ ਸੱਚ ਮੰਨ ਲੈਂਦੇ ਨੇ ਦੇਖੋ ਜਿਹੜਾ ਇਹ ਹਰ ਸਾਲ ਦੇ ਵਿੱਚ ਦੋ ਵਾਰੀ ਇਹ ਪੰਚਾਇਤਾਂ ਦੀ ਜਨਰਲ ਸਭਾ ਹੋਣੀ ਲਾਜ਼ਮੀ ਆ ਸੰਵਿਧਾਨਕ ਤੌਰ ਤੇ ਉਹ ਜੂਨ ਚ ਹੁੰਦੀ ਹੈ ਦਸੰਬਰ ਚ ਹੁੰਦੀ ਹੈ ਇਹ ਬੜੀ ਚੰਗੀ ਗੱਲ ਆ ਕਿ ਇਹ ਕਾਗਦੀ ਨਾ ਹੋਵੇ ਪਹਿਲੀ ਗੱਲ ਐ ਅਸਲੀਅਤ ਵਿੱਚ ਹੋਵੇ ਅਸਲੀਅਤ ਵਿੱਚ ਹੋਵੇ ਜਿਹੜਾ ਉਹਦਾ ਰਿਜ਼ੋਲਵ ਹੁੰਦਾ ਕਿਸੇ ਵੀ ಗ್ರಾಮ ਸਭਾ ਦਾ ಗ್ರಾಮ ਸਭਾ ਜਾਨੀ ਜਿੰਨੇ ਵੀ ਉਹ ਪੰਚਾਇਤ ਦੇ ਆਰਡੀਨਰੀ ਵੋਟਰ ਤੇ ਆ ਉਹ ಗ್ರಾಮ ਸਭਾ ਹੁੰਦੀ ਐ ਤੇ 13000 ਤੋਂ ਉੱਪਰ ਦੇ ਗ੍ਰਾਮ ਸਭਾਵਾਂ ਪੰਜਾਬ ਦੇ ਅੰਦਰ ਹੈਗੀਆਂ ਇਹ ਗ੍ਰਾਮ ਸਭਾਵਾਂ ਜਿਹੜਾ ਰਿਜ਼ੋਲਵ ਪਾ ਦੇਣ ਤੁਹਾਨੂੰ ਪਤਾ ਉਹ ਸੁਪਰੀਮ ਕੋਰਟ ਵੀ ਤਕਦੀਲੀ ਨਹੀਂ ਕਰ ਸਕਦੀ ਉਹਦੇ 'ਚ ਇਹ ਬਿਲਕੁਲ ਇੰਨੀ ਪਾਵਰਫੁਲ ਐ ਇਸ ਕਰਕੇ ਇਹਨੂੰ ਐਵੇਂ ਕਾਗਜ਼ੀ ਕਾਰਵਾਈ ਤੌਰ ਤੇ ਨਹੀਂ ਲੈਣਾ ਚਾਹੀਦਾ ਵੱਡੇ ਪੱਧਰ ਤੇ ਰੋਜ਼ ਪ੍ਰੈਸ ਕਾਨਫਰੰਸ ਇਸ ਗੱਲ ਦੇ ਉੱਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਕਰਨੀ ਚਾਹੀਦੀ ਆ ਦੱਸਣਾ ਚਾਹੀਦਾ ਕਿ ਕਿਹੜੇ ਕਿਹੜੇ ਵੱਡੇ ਵੱਡੇ ਇਸ਼ਤਿਹਾਰ ਕੱਢਣੇ ਚਾਹੀਦੇ ਆ ਜਿਹੜੇ ਪਹਿਲਾਂ ਨਹੀਂ ਇਸ਼ਤਿਹਾਰ ਕੱਢਦੇ 35000 ਨੂੰ ਖਰੀਆਂ ਦੇਣੀਆਂ ਕੱਚਿਆਂ ਨੂੰ ਪੱਕਿਆਂ ਕਰਨਾ ਹੁਣ ਆ ਵੀ ਹੋ ਗਿਆ ਹੁਣ ਆ ਵੀ ਹੋ ਗਿਆ ਉਹ ਪੈਸੇ ਮੁੱਕ ਗਏ ਆ ਹੋਰ ਲੈ ਲਓ ਕਰਜ਼ਾ ਪਹਿਲਾਂ ਜਿੰਨਾ ਕਿ ਲਿਆ ਹੋਰ ਉਹਦੇ ਵਿੱਚ ਥੋੜਾ ਕਰਜ਼ਾ ਵਾਜੂ ਪਰ ਇਸ ਗੱਲ ਦੇ ਉੱਤੇ ਇਸ਼ਤਿਹਾਰ 3 4 ਉੱਪਰੋਂ ਥਲੀ ਕੱਢ ਦਿਓ। ਰੋਜ਼ ਇੱਕ ਗੱਲ ਦੱਸੋ, ਮਨਰੇਗਾ ਦੇ ਪੈਸੇ ਉੱਥੇ ਕਿਵੇਂ ਤੁਹਾਨੂੰ ਕਿਵੇਂ-ਕਿਵੇਂ ਸਕੀਮਾਂ ਅੱਜ ਵੱਡਾ ਆਰਟੀਕਲ ਇੱਕ ਹਮੀਰ ਸਿੰਘ ਦਾ ਆਇਆ ਉਹ ਬਹੁਤ ਧੀਰ ਤੋਂ ਪਿੰਡ ਬਚਾਓ ਪੰਜਾਬ ਬਚਾਓ ਦੇ ਉੱਤੇ ਕੰਮ ਕਰ ਰਿਹਾ ਇਹਨਾਂ ਮੁੱਦਿਆਂ ਤੇ ਕੰਮ ਕਰ ਰਿਹਾ ਉਹਨਾਂ ਨੇ ਬੜੀ ਡਿਟੇਲ ਦਿੱਤੀ। ਉਹਦੇ ਆਧਾਰ ਤੇ ਪੜ੍ਹ ਕੇ ਜਿਹੜੇ ਇਹ ਸਾਡੇ ਮਿਨਿਸਟਰ ਸਾਹਿਬਾਨ ਆ ਜ਼ਰੂਰ ਵੱਡੇ-ਵੱਡੇ ਇਸ਼ਤਿਹਾਰ ਦੇਣ ਕਿ ਉਹਨਾਂ ਗ੍ਰਾਮ ਸਭਾਵਾਂ ਦੇ ਕੀ-ਕੀ ਅਧਿਕਾਰ ਆ ਤੇ ਕੀ ਕੁਝ ਉਹ ਕਰ ਸਕਦੇ ਆ ਤੇ ਕੀ ਉਹਨਾਂ ਨੂੰ ਕਰਨਾ ਚਾਹੀਦਾ। ਮੰਦਰੇਗਾ ਦੇ ਰੈਜ਼ੋਲੂਸ਼ਨ ਪਾਸ ਹੋਣ ਹੋਰ ਪਿੰਡ ਦੀਆਂ ਪੰਚਾਇਤਾਂ ਦੇ ਫਿਰ ਕਿੱਥੇ ਕਿੱਥੇ ਪੌਦੇ ਲਾਉਣੇ ਆ ਕਿੱਥੇ ਕਿੱਥੇ ਜਿਹੜੀ ਆਪਾਂ ਆਪਣੇ ਵਾਤਾਵਰਨ ਨੂੰ ਬਚਾਉਣਾ ਉਹ ਸਾਰੇ ਦਾ ਸਾਰਾ ਗ੍ਰਾਮ ਸਭਾਵਾਂ ਤੁਹਾਨੂੰ ਪਤਾ 29 ਡਿਪਾਰਟਮੈਂਟ ਗ੍ਰਾਮ ਸਭਾਵਾਂ ਨੂੰ ਜਾਣੇ ਪਹਿਲਾਂ ਉਹਦਾ ਕਿਉਂ ਨਹੀਂ ਅਨਾਊਂਸਮੈਂਟ ਕਰਦੇ ਭਈ ਤੁਸੀਂ ਤੇ ਸਵਰਾਜ ਵਾਲੀ ਸਰਕਾਰ ਆ ਥਾਰਾ ਮਹਿਕਮੇ ਸੰਵਿਧਾਨ ਦੇ ਪਿੱਛੇ ਜਿਹੜਾ ਨੈਚਰ ਹੁੰਦਾ ਉਹਦੇ ਚ ਲਿਖਿਓਏ ਸ਼ੈਡਿਊਲ ਚ ਸ਼ਡਿਊਲ ਮੇ ਰੱਖ ਲਿਆ 11 ਹੈ ਕਿ ਕੀ ਹੈ ਮੈਨੂੰ ਥੋੜਾ ਜਿਹਾ ਭੁੱਲਦਾ ਹੁਣ ਨੰਬਰ ਭੁੱਲ ਗਿਆ ਸ਼ਹਿਰੀ ਜਿਹੜੀਆਂ ਲੋਕਲ ਬਾਡੀਜ਼ ਹੈ ਮਿਊਸਪਲ ਕਾਰਪੋਰੇਸ਼ਨਾਂ ਕਮੇਟੀਆਂ ਵਗੈਰਾ ਸਾਰਿਆਂ ਦਾ ਉਹਦੇ ਚ ਹੈ 18 ਮਹਿਕਮੇ ਤੇ ਜਿਹੜੀਆਂ ਪਿੰਡੂ ਪੰਚਾਇਤਾਂ ਹੈ ਉਹਦੇ ਚ ਹੈ 29 ਮਹਿਕਮੇ 29 ਮਿਨਿਸਟਰੀਆਂ ਸਮਝੋ ਤੁਸੀਂ ਉਹ ਸਾਰੇ ਦੇ ਸਾਰੇ ਕੰਮ ਆ ਇਹਨਾਂ ਕੋਲ ਕਰਨ ਕੈ ਕੈ ਕਹਿ ਦੇਣ ਬੜੇ ਇਨਕਲਾਬੀ ਆ ਨਾ ਨਾ ਪੰਚਾਇਤਾਂ ਦੀਆਂ ਜ਼ਮੀਨਾਂ ਲੈਣੀਆਂ ਸਾਰਾ ਕੁਝ ਕਰਨਾ ਲੋਕਾਂ ਕੋਲ ਜਿਹੜੀਆਂ ਦੱਬੀਆਂ ਹੋਈਆਂ ਤੇ ਆ ਵੀ ਇਨਕਲਾਬੀ ਕੰਮ ਨਾਲੋਂ ਨਾਲ ਹੀ ਕਰ ਦੋ ਵੀ ਅਸੀਂ 29 ਦੇ 29 ਮਹਿਕਮੇ ਦੇ ਤੇ ਪੰਚਾਇਤਾਂ ਸੰਵਿਧਾਨ ਦੇ ਵਿੱਚ ਪਹਿਲਾਂ ਹੀ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਉਹ ਉਹ ਇੱਕ ਵੱਡੀ ਡਿਊਟੀ ਤੁਸੀਂ ਕਰ ਦੋਗੇ ਤੇ ਉਹਦੇ ਨਾਲ ਅਸੀਂ ਇੱਥੋਂ ਐਸ ਚੈਨਲ ਦੇ ਉੱਤੇ ਜਿੱਦਣ ਤੁਸੀਂ ਉਹ ਸਾਰੇ ਡਿਪਾਰਟਮੈਂਟ ਪੰਚਾਇਤਾਂ ਨੂੰ ਟਰਾਂਸਫਰ ਕਰ ਦੋਗੇ ਤੁਹਾਡੇ ਹੱਕ 'ਚ ਆਪ ਅਸੀਂ ਟੰਡੂਰਚੀ ਬਣ ਕੇ ਪ੍ਰਚਾਰ ਕਰਾਂਗੇ ਜੇ ਰੀਅਲ ਮਾਨਿਆ ਚ ਤੁਸੀਂ ਕੁਝ ਕਰਨਾ ਤੇ ਉਹ ਕਰਕੇ ਦਿਖਾਓ ਤਾਂ ਕਿ ਸੱਚੀ ਮੁੱਚੀ ਸਵਰਾਜ ਥੱਲਿਓਂ ਤਰਾਕਲ ਤੋਂ ਗ੍ਰਾਮ ਸਭਾਵਾਂ ਦੇ ਪੱਧਰ ਤੋਂ ਤਕੜਾ ਹੋਵੇ ਅਸੀਂ ਤਾਂ ਬਥੇਰੀ ਕੋਸ਼ਿਸ਼ ਕੀਤੀ ਨਹੀਂ ਮਿਨਿਸਟਰ ਛੱਡਦੇ ਉਹ ਕਹਿੰਦੇ ਫਿਰ ਸਾਨੂੰ ਕੌਣ ਪੁੱਛੂ ਜੇ ਅਸੀਂ ਪੰਚਾਇਤਾਂ ਸਰਪੰਚੀ ਥੱਲਿਓਂ ਇੱਕ ਅਸੈਂਬਲੀ ਵਾਂਗੂ ਚੱਲਣ ਲੱਗ ਪਏ ਜਿਵੇਂ ਛੋਟੀ ਮਿੰਨੀ ਅਸੈਂਬਲੀ ਹੁੰਦੀ ਹੈ ਰਿਪਬਲਿਕ ਹੁੰਦੀ ਹੈ ਜੇ ਉਂਝ ਚੱਲਣ ਲੱਗ ਪਏ ਤਾਂ ਫੇਰ ਆਡੀ ਤੇ ਕੋਈ ਪੁੱਛ ਗਿਆ ਛਰੂਗੀ ਨਹੀਂ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਹੁਣੀ ਜਾਂਦੇ ਹੁੰਦੇ ਸੀ ਪਿੰਡੋਂ ਪਿੰਡੀ ਜਾ ਕੇ ਥੈਲੀਆਂ ਲੈ ਕੇ ਅਖੀਰ ਜੇ ਜਦੋਂ ਸਾਲ ਕੇ ਕਰਿੰਦਾ ਸੀ ਉਹ ਫਿਰ ਸੰਗਤ ਦਰਸ਼ਨ ਕਿੱਥੋਂ ਹੋਣਗੇ ਫਿਰ ਤੇ ਫਿਰ ਤੇ ਸਿੱਧੇ ਪੈਸੇ ਇਹ ਏਡੀ ਏਡੀ ਜਿਹੜਾ ਹੁੰਦਾ ਏਡੀਸੀ ਡਿਵੈਲਪਮੈਂਟ ਡੀ ਜਿਹੜਾ ਉਹਦੇ ਰਾਹੀਂ ਜਾਣੇ ਐਡੀਸ਼ਨਲ ਡਿਪਟੀ ਕਮਿਸ਼ਨਰ ਡਿਵੈਲਪਮੈਂਟ ਰਾਹੀਂ ਉਹ ਸਿਸਟਮ ਨੂੰ ਜੇ ਰਮਾ ਕਰ ਦੋ ਤੇ ਮੈਨੂੰ ਲੱਗਦਾ ਕਿ ਇਹ ಗ್ರಾಮ ਪੰਚਾਇਤਾਂ ਉਹ 29 ਡਿਪਾਰਟਮੈਂਟਾਂ ਦੀ ਸਾਰੇ ਅਧਿਕਾਰ ਖੇਤਰ ਆਪਣੇ ਤੇ ਲੈ ਕੇ ਪੰਜਾਬ ਦੇ ਪਿੰਡਾਂ ਨੂੰ ਸਵਰਗ ਬਣਾ ਸਕਦੀਆਂ ਇਹ ਇੱਕ ਵੱਡਾ ਇਨਕਲਾਬੀ ਮੋੜ ਵੀ ਹੋਊਗਾ ਔਰ ਸਾਰੇ ਦੇਸ਼ ਦੇ ਵਿੱਚ ਇੱਕ ਪਹਿਲੀ ਪਹਿਲ ਕਦਮੀ ਦੇ ਨਾਲ ਇੱਕ ਵੱਡੀ ਆਧਾਰਨ ਵੀ ਹੋਊਗੀ ਔਰ ਇੱਕ ਵਾਕਿਆ ਹੀ ਇੱਥੇ ਪੰਚਾਇਤੀ ਰਾਜ ਜਿਹਨੂੰ ਸਹੀ ਮਾਨਿਆ ਚ ਜੋ ਮਹਾਤਮਾ ਗਾਂਧੀ ਜੀ ਨੇ ਵੀ ਸੋਚਿਆ ਹੋਰ ਨਾ ਕਹੀਆਂ ਨੇ ਸੋਚਿਆ ਇੱਥੇ ਪੰਚਾਇਤੀ ਰਾਜ ਦਾ ਸੁਪਨਾ ਪੰਜਾਬ ਦੀ ਧਰਤੀ ਤੇ ਪਹਿਲੀ ਵਾਰੀ ਪੂਰਾ ਹੁੰਦਾ ਨਜ਼ਰ ਹੋਊਗਾ ਔਰ ਉਹਦੇ ਨਾਲ ਜਿੰਨਾ ਵੀ ਵਿਕਾਸ ਆ ਉਹ ਫਿਰ ਪੰਚਾਇਤਾਂ ਦੇ ਪੰਚਾਇਤਾਂ ਨੂੰ ਭਰੋਸੇ ਚ ਲੈ ਕੇ ਹੋਊਗਾ ਨਾ ਕਿ ਸਿਰਫ ਚੰਡੀਗੜ੍ਹ ਬੈਠੇ ਬਿਊਰੋਕਰੇਟ ਏਸੀ ਕਮਰਿਆਂ ਚੋਂ ਕੰਨ ਦੀ ਜੀ ਸ਼ੁਕਰੀਆ ਪ੍ਰੋਫੈਸਰ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿਕੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਨ ਉਹਗੇ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਅਖੀਰ ਦੇ ਵਿੱਚ ਇੱਕ ਗੱਲ ਜੇ ਲੋਕਾਂ ਨੂੰ ਕਿਸੇ ਗੱਲ ਦਾ ਭਲੇਖਾ ਹੋਵੇ ਅਸੀਂ ਵੀ ਚਾਹੁੰਦੇ ਆ ਕਿ ਸਰਕਾਰ ਚੰਗੀ ਰਾਜ ਕਰੇ ਸਰਕਾਰ ਚੰਗਾ ਰਾਜ ਚਲਾਵੇ ਤੇ ਭਾਵੇਂ 25 ਸਾਲ ਰਾਜ ਕਰੇ ਭਾਵੇਂ 50 ਸਾਲ ਰਾਜ ਕਰੇ ਪਰ ਉਹ ਰਾਜ ਕਰੇ ਜਿਹੜਾ ਪੰਜਾਬ ਮਾਡਲ ਦੇ ਉੱਤੇ ਆਧਾਰਿਤ ਹੋਵੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਕੋਈ ਵੀ ਹੋਣ ਕਿਸੇ ਵੀ ਸਰਕਾਰ ਦੀ ਅਸੀਂ ਵਿਰੋਧਤਾ ਨਹੀਂ ਕਰਦੇ ਜਿਹੜੀਆਂ ਗੱਲਾਂ ਤੇ ਸਵਾਲ ਉੱਠਦੇ ਨੇ ਉਹ ਸਵਾਲ ਅਸੀਂ ਜ਼ਰੂਰ ਕਰਾਂਗੇ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ